ਹਾਂਜੀ ਸਸੀ ਗਾਲੀ ਸਾਰਿਆਂ ਨੂੰ ਮੈਂ ਫਤੇਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਅਡਾ 247 ਦੇ YouTube ਚੈਨਲ ਤੇ ਤੇ 4 ਵਜ ਚੁੱਕੇ ਨੇ ਜੀ 4 ਵਜ ਹੁੰਦੀ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਉਹ ਪੰਜਾਬ ਜੀਕੇ ਜਿਹੜੀ ਲਗਭਗ ਪੀ ਟ੍ਰਿਪਲ ਐਸਵੀ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹੈ ਤੇ ਤੁਹਾਡੀ ਤੇ ਮੇਰੀ ਬਹੁਤ ਹੀ ਫੇਵਰੇਟ ਕਲਾਸ ਹੈ ਫੁੱਲ ਫਾਰਮ ਆਫ ਫੇਰਾ ਇਹ ਇੱਕ ਹੀ ਆ ਠੀਕ ਹੈ ਹਾਂਜੀ ਸੱਸੀ ਘਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦੋ ਖਬਰਾਂ ਨੇ ਤੁਹਾਡੇ ਲਈ ਦੋ ਨਿਊਜ਼ ਨੇ ਠੀਕ ਹੈ ਮੇਰੇ ਸਾਬ ਨਾਲ ਤਾਂ ਦੋਨੇ ਖੁਸ਼ੀ ਦੀਆਂ ਇਹ ਨੇ ਕੁਝ ਬੱਚੇ ਕਹਿੰਦੇ ਜੀ ਵਧੀਆ ਨਿਊਜ਼ ਨੇ ਕਿ ਲੇਕਿਨ ਮੈਨੂੰ ਲੱਗਦਾ ਬਿਲਕੁਲ ਠੀਕ ਨਿਊਜ਼ ਨੇ ਕਿਹੜੇ ਕਿਹੜੇ ਨਿਊਜ਼ ਨੇ ਮੈਂ ਦੱਸੂਗਾ ਉਸ ਤੋਂ ਪਹਿਲਾਂ ਅੱਜ ਆਪਣੇ ਕੋਲ ਆ ਗਿਆ 29 ਨੰਬਰ ਕਲਾਸ ਇਟ ਮੀਨਸ ਕਿ 29 ਨੰਬਰ ਕਲਾਸ ਆਪਾਂ ਆਲਰੇਡੀ 28 ਕਲਾਸਾਂ ਲਾ ਚੁੱਕੇ ਆ ਤੇ ਜੇ ਤੁਸੀਂ ਪਹਿਲੀਆਂ ਕਲਾਸਾਂ ਨਹੀਂ ਦੇਖੀਆਂ ਕੋਈ ਸਟੂਡੈਂਟ ਆ ਉਹਦੀ ਮਿਸ ਆ ਜੇ ਕੋਈ ਬਿਜਲੀ ਕਲਾਸ ਇਦੋਂ ਪਹਿਲਾਂ ਵਾਲੀਆਂ ਤਾਂ ਸਾਰੀਆਂ ਜ਼ਰੂਰ ਦੇਖਿਓ ਬਹੁਤ ਇੰਪੋਰਟੈਂਟ ਨੇ ਸਾਰੀਆਂ ਕਲਾਸਾਂ ਕਿਉਂਕਿ ਇਹਨਾਂ ਕਲਾਸਾਂ ਨੇ ਬੇਸ ਵੀ ਬਣਾਉਣ ਵਾਲੇ ਪੇਪਰਾਂ ਦੇ ਲਈ ਤੇ ਤੁਹਾਡੀ ਪ੍ਰੈਕਟਿਸ ਵੀ ਵਧੀਆ ਹੋ ਜੂਗੀ ਠੀਕ ਹੈ ਚਲੋ ਫਿਰ ਕਰੀਅਰ ਸਟਾਰਟ ਅ ਅਮਰਤਪਾਲ ਮਨੋਸ ਸਰ ਕਰਾ ਰਹੇ ਨੇ ਉਹ ایਟਟੀਡੀ ਪੜਾ ਰਹੇ ਨੇ ایਟਟੀਡੀ ਲਈ ਹਾਂ ਪੀਟ੍ਰੀਪਲੱਸ ਵੀ ਲਈ ਨਹੀਂ ਉਹ ایਟਟੀਡੀ ਲਈ ਪੜਾ ਰਹੇ ਨੇ ایਟਟੀਟੀ ਦਾ ਹੋ ਗਿਆ ਪੀਐਸ ਸੈਟ ਹੋ ਗਿਆ ਉਹ ਸਬਜੈਕਟਾਂ ਨਹੀਂ ਪੜਾ ਰਹੇ ਨੇ ਹਜੇ ਪੀਟ੍ਰੀਪਲੱਸ ਵੀ ਦੇ ਲਈ ਉਹਨਾਂ ਨੇ ਨਹੀਂ ਸ਼ੁਰੂ ਕੀਤਾ ਚਲੋ ਜੀ ਤੇ ਜਰੂਰ ਦੇਖਿਓ ਹਾਂ ਇੱਕਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਗਿਆ ਹੁਣ ਅੱਛਾ ਚੱਲ ਰਹੀਆਂ ਖਬਰ ਅਜ ਮਿਲ ਗਈ ਹੁਣੀ ਕਿਹੜੀ ਵੀ ਜਿਹੜੇ ਬੱਚਿਆਂ ਦਾ ਪੇਪਰ ਸੀਗਾ ਕੋਆਪਰੇਟਿਵ ਬੈਂਕ ਕਲਰਕ ਵਾਲਾ ਉਹਦਾ ਕੀ ਹੋ ਗਿਆ ਪੋਸਟਪੋਨ ਹੋ ਚੁੱਕਾ ਜੀ ਨਹੀਂ 15 ਜਨਵਰੀ ਵਾਲਾ ਨਹੀਂ ਹੋਇਆ ਬੱਚੇ ਇਹ ਜਿਹੜਾ ਪੇਪਰ 4 ਦਸੰਬਰ ਨੂੰ ਸੀਗਾ ਇਹ ਵਾਲਾ ਪੋਸਟਪੋਨ ਹੋਇਆ ਤੇ ਉਹਦਾ ਕਾਰਨ ਕੀ ਸੀਗਾ ਕੋਆਪਰੇਟਿਵ ਬੈਂਕ ਕਲਰਕ ਦਾ ਪੇਪਰ ਸੀਗਾ ਉਹਦਾ ਕਾਰਨ ਪੋਸਟਪੋਨ ਹੁੰਦਾ ਇਹ ਹੈ ਕਿ ਪੰਜਾਬ ਪੁਲਿਸ ਦੇ ਜਿਹੜੇ ਬੱਚਿਆਂ ਦਾ ਪੇਪਰ ਹੋ ਗਿਆ ਡਾ ਸੀਗਾ ਉਹਨਾਂ ਦੇ ਟ੍ਰਾਇਲ ਚੱਲ ਲਏ ਨੇ ਫਿਜ਼ੀਕਲ ਟ੍ਰਾਇਲ ਨੇ ਇਸ ਕਰਕੇ ਪੇਪਰ ਨੂੰ ਪੋਸਟਪੋਨ ਕੀਤਾ ਗਿਆ ਕਿਉਂਕਿ ਉਹ ਵਿੱਚ ਆ ਰਿਹਾ ਸੀ ਬਾਕੀ ਇਗਜ਼ਾਮ ਜਿਹੜੇ ਵੀਡੀਓ ਦਾ ਇਗਜ਼ਾਮ ਆ ਜਾਂ 15 ਜਨਵਰੀ ਵਾਲਾ ਕਲਰਕ ਦਾ ਇਗਜ਼ਾਮ ਆ 22 ਜਨਵਰੀ ਵਾਲਾ ਐਕਸਾਈਜ਼ ਇੰਸਪੈਕਟਰ ਦਾ ਬੈਚ ਆਪਣਾ ਉਹਨ ਕੀ ਕਹਿੰਦੇ ਆ ਇਗਜ਼ਾਮ ਆ ਉਹ ਉਸੇ ਤਰ੍ਹਾਂ ਹੀ ਨੇ ਉਹਨਾਂ ਤੇ ਕੋਈ ਵੀ ਡਿਸੀਜਨ ਨਹੀਂ ਆਇਆ ਤੇ ਤੁਸੀਂ ਟੈਨਸ਼ਨ ਨਾ ਲੋ ਕੰਨ ਦੇ ਕਰਤਾ ਉਹੀ ਕੰਮ ਕੰਮ ਕਿਉਂ ਕੀਤਾ ਇਹ ਵੀ ਦੇਖੋ ਨਾ ਕੰਮ ਕਿਉਂ ਕੀਤਾ ਕੰਮ ਇਸ ਕਰਕੇ ਕੀਤਾ ਕਿਉਂਕਿ ਬੱਚਿਆਂ ਦੇ ਪੇਪਰ ਚੱਲਦੇ ਨੇ ਹੁਣ ਤੁਸੀਂ ਆਪ ਸੋਚੋ ਜੇ ਤੁਹਾਡਾ ਕਿਸੇ ਦਾ ਪੇਪਰ ਹੁੰਦਾ ਤਾਂ ਕੀ ਤੁਸੀਂ ਇਹ ਨਾ ਚਾਹੁੰਦੇ ਕਿਉਂਕਿ ਬਹੁਤ ਜ਼ਿਆਦਾ ਸਟੂਡੈਂਟਸ ਨੇ ਰਿਕਵੈਸਟ ਪਾਈ ਸੀ ਕਿ ਸਰਕਾਰ ਦੇ ਕੋਲ ਵੀ ਤੇ ਸਾਡੇ ਕੋਲ ਵੀ ਕਾਫੀ ਮੈਸੇਜ ਆਏ ਸੀ ਕਿ ਸਰ ਇੱਥੇ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਇਹਦੀ ਰਿਜ਼ਲਟ ਜਿਹੜੇ ਆ ਉਹ ਦਿਖਾਉਂਦੇ ਨੇ ਪੇਪਰ ਪੋਸਟਪੋਨ ਕਰ ਦਿੱਤਾ ਗਿਆ ਹੈ ਫਿਰ ਕਰੀਏ ਸਰ ਲਓ ਜੀ ਤੇ ਇਹਦੇ ਨਾਲ ਹੀ ਹੁਣ ਇਸ ਖਬਰ ਨੂੰ ਸੁਣਨ ਤੋਂ ਬਾਅਦ ਬਹੁਤ ਬੱਚਿਆਂ ਨੇ ਅੱਜ ਦਿਲ ਥੋੜਾ ਕੀਤਾ ਉਹਨਾਂ ਬਹੁਤ ਨੇ ਖੁਸ਼ੀ ਮਨਾਈ ਹੋਣੀ ਆ ਬਟ ਜਿਹੜੇ ਬੱਚਿਆਂ ਨੇ ਦਿਲ ਥੋੜਾ ਕੀਤਾ ਤੇ ਜਿਨ੍ਹਾਂ ਨੇ ਖੁਸ਼ੀ ਮਨਾਈ ਉਹਨਾਂ ਦੋਨਾਂ ਦੇ ਲਈ ਇੱਕ ਅੱਜ ਦੀ ਮੋਟੀਵੇਸ਼ਨ ਕੋਟ ਆ ਕਿ ਤੁਹਾਡੀ ਸੋਚ ਤੁਹਾਡੀ ਲਾਈਫ ਨੂੰ ਬਦਲ ਸਕਦੀ ਹੈ ਜਿਹੜੇ ਬੱਚਿਆਂ ਨੇ ਅੱਜ ਇਹ ਸੋਚ ਲਿਆ ਕਿ ਲੈ ਜੀ ਪੇਪਰ ਦੂਰ ਘਾਤਤਾ ਹੁਣ ਅਸੀਂ ਕੀ ਕਰੀਏ ਇਹਦਾ ਇਦਾਂ ਹੀ ਕਰਦੀ ਸਰਕਾਰਾਂ ਇਦਾਂ ਹੀ ਕਰਦੀਆਂ ਸਰਕਾਰ ਦਾ ਇਹੀ ਹਾਲ ਆ ਨੌਕਰੀ ਨਹੀਂ ਦੇਣਾ ਚਾਹੁੰਦੀ ਉਹ ਨੈਗੇਟਿਵ ਹੋ ਕੇ ਬੈਠ ਚੁੱਕੇ ਨੇ ਉਹਨਾਂ ਦਾ ਹੁਣ ਪੇਪਰ ਹਥਿਆਰ ਛੱਡ ਤੇ ਉਹਨਾਂ ਨੇ ਲੋਜੀ ਤੇ ਦੂਜੇ ਉਹ ਬੱਚੇ ਜਿਹੜੇ ਸੋਚ ਕੇ ਬੈਠੇ ਨੇ ਕਿ ਨੌਕਰੀ ਲੈਣੀ ਲੈਣੀ ਆ ਕਿੰਨਾ ਕੁ ਟਾਈਮ ਰੋਕ ਲੈਣਗੇ ਤਿੰਨਾ ਮਹੀਨਾ ਤੱਕ ਫਿਰ ਪੇਪਰ ਆਇਆ ਲੈ ਕਿਹੜਾ ਕੁੰਬ ਦਾ ਮੇਲਾ ਕੀ 12 ਸਾਲ ਹੀ ਹੋਣਾ ਤਿੰਨਾ ਮਹੀਨਾ ਤੱਕ ਫਿਰ ਪੇਪਰ ਦੇ ਦਾਂਗੇ ਲੇਕਿਨ ਨੌਕਰੀ ਲੈਣੀ ਆ ਪੇਪਰ ਕਲੀਅਰ ਕਰਨਾ ਸਾਡੇ ਚ ਪੂਰੀ ਡੈਡੀਕੇਸ਼ਨ ਆ ਜਦੋਂ ਮਰਜੀ ਇਗਜ਼ਾਮ ਹੋਵੇ ਸਾਡਾ ਮੋਟਿਵ ਇਗਜ਼ਾਮ ਦੇਣਾ ਨਹੀਂ ਹੈਗਾ ਬੱਚੇ ਕਹਿੰਦੇ ਸਾਡਾ ਮੋਟਿਵ ਇਗਜ਼ਾਮ ਕਲੀਅਰ ਕਰਨਾ ਆ ਤੇ ਜਿਹੜੇ ਬੱਚਿਆਂ ਦੀ ਇਹ ਸੋਚ ਆ ਜ਼ਿੰਦਗੀ ਉਹਨਾਂ ਦੀ ਵੀ ਜ਼ਰੂਰ ਬਦਲੂਗੀ ਤੇ ਉਹਨਾਂ ਦੀ ਬਦਲੂਗੀ ਕਿਵੇਂ ਪੋਜ਼ਿਟਿਵ ਫੈਕਟਰ ਦੇ ਵਿੱਚ ਜਿਹੜੇ ਨੈਗੇਟਿਵ ਲੈ ਕੇ ਬੈਠੇ ਨੇ ਉਹਨਾਂ ਦੀ ਨੈਗੇਟਿਵ ਥੌਟ ਦੇ ਵਿੱਚ ਬਦਲੂਗੀ ਤਾਂ ਕਹਿੰਦੇ ਹਾਂ SSC CGL ਦਾ ਵੀ ਚੱਲ ਰਿਹਾ ਉਹਦੇ ਕਰਕੇ ਵੀ SSC CGL ਦੇ ਪੇਪਰ ਚੱਲੇ ਨੇ ਉਹਦੇ ਕਰਕੇ ਪੋਸਟਪੋਨ ਕੀਤੇ ਗਏ ਨੇ ਹੁਣ ਤੁਸੀਂ ਆਪ ਸੋਚੋ ਕਿ ਵਧੀਆ ਹੋਇਆ ਕਿ ਪੂਰਾ ਹੋਇਆ ਪੇਪਰ ਪੋਸਟਪੋਨ ਹੋ ਕੇ ਹੁਣ ਜੇ ਮੰਨ ਲਓ ਤੁਹਾਡੇ ਜੋ ਕਿਸੇ ਦਾ ਪੰਜਾਬ ਪੁਲਿਸ ਦਾ ਟ੍ਰੈਨ ਹੋਊਗਾ ਤੁਸੀਂ ਆਪ ਸੋਚੋ ਕਿ ਤੋਨੂੰ ਕਿਦਾਂ ਰੱਗ ਇਸ ਕਰਕੇ ਤੁਸੀਂ ਮਿਹਨਤ ਕਰਨੀ ਆ ਪੇਪਰ ਦੇਣਾ ਤੁਹਾਡਾ ਮੋਟਿਵ ਨਹੀਂ ਹੋ ਸਕਦਾ ਪੇਪਰ ਕਲੀਅਰ ਕਰਨਾ ਤੁਹਾਡਾ ਮੋਟਿਵ ਹੋਊਗਾ ਉੱਤੇ ਆਪਾਂ ਕੰਮ ਕਰਨਾ ਬਸ ਸਮਝੇ ਜੇ ਗੱਲ ਵਧੀਆ ਲੱਗੀ ਆ ਤਾਂ ਲਾਈਕ ਜਰੂਰ ਕਰ ਦਿਓ ਸੈਸ਼ਨ ਨੂੰ ਆਪਾਂ ਅੱਗੇ ਵਧਦੇ ਆ ਤੇ ਅੱਗੇ ਤੁਹਾਡੇ ਲਈ ਹੈਗਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਆਪਾਂ ਤੇ ਨਾਲ ਦੀ ਨਾਲ ਹੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਿਉਂਕਿ ਬਹੁਤ ਇੰਪੋਰਟੈਂਟ ਵੀਡੀਓ ਹੁੰਦੀ ਹੈ ਤੁਹਾਡੇ ਲਈ ਹਾਂਜੀ ਲੋ ਜੀ ਇੱਕ ਆ ਗਿਆ ਵਰਦਾਨ ਵਿੱਚ ਕੱਲ ਮੈਂਸ਼ਨ ਮੈਂ ਮਾਰਿਆ ਕੀਤਾ ਸੀਗਾ ਇਹ ਪੰਜਾਬ ਜੀਕੇ ਦਾ ਬੈਚ ਆ ਸਿਰਫ ਤੇ ਸਿਰਫ ਪੰਜਾਬ ਜੀਕੇ ਦਾ ਇੱਥੇ ਲਿਖਿਆ ਹੋਇਆ ਹੈ ਜਿਹੜੇ ਬੱਚਿਆਂ ਨੂੰ ਪੰਜਾਬ ਜੀਕੇ ਦੇ ਐਮਸੀਕਿਊਜ਼ ਕਰਦੇ ਦਿੱਕਤ ਆ ਰਹੀ ਹੈ ਜੇ ਉਹ ਥਿਊਰੀ ਪੜ੍ਹਨਾ ਚਾਹੁੰਦੇ ਨੇ ਤਾਂ ਸਪੈਸ਼ਲ ਵੀਡੀਓ ਕੋਰਸ ਹੋਊਗਾ ਇਹਦੇ ਵਿੱਚ ਕਿਹੜੇ ਕਿਹੜੇ ਟੌਪਿਕ ਆਪਾਂ ਕਵਰ ਕਰਾਂਗੇ ਕਰ ਮੈਂ ਦਿਖਾ ਦਿੰਦਾ ਆ ਐਂਸ਼ੀਅੰਟ ਹਿਸਟਰੀ ਆਪਾਂ ਦੇਖਾਂਗੇ ਇਹਦੇ ਵਿੱਚ ਪੰਜਾਬ ਦੀ ਹਿਸਟਰੀ 14ਵੀਂ ਸੈਂਚਰੀ ਤੋਂ ਬਾਅਦ ਦੇਖਾਂਗੇ ਦੋ ਕਲਾਸਾਂ ਦੀਆਂ ਲਗਭਗ ਹੋਣਗੀਆਂ ਆ ਭਗਤੀ ਮੂਵਮੈਂਟ ਹੋਊਗਾ ਸਿੱਖ ਹਿਸਟਰੀ ਆਪਾਂ ਪੜ੍ਹਾਂਗੇ ਦੋ ਕਲਾਸਾਂ ਦੀਆਂ ਹੋਣਗੀਆਂ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪੜ੍ਹਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਦਾ ਜੋ ਟਾਈਮ ਪੀਰੀਅਡ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ 116 ਤੋਂ ਲੈ ਕੇ 1801 ਦੇ ਵਿੱਚਕਾਰ ਦਾ ਟਾਈਮ ਪੀਰੀਅਡ ਆਪਾਂ ਇੱਥੇ ਦੇਖਾਂਗੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਲੇਟਡ ਦੋ ਕਲਾਸਾਂ ਹੋਣਗੀਆਂ ਸੋਸ਼ਲ ਰਿਫਾਰਮਸ ਹੋਣਗੇ ਸੋਸ਼ਲ ਰਿਲੀਜੀਅਸ ਰਿਫਾਰਮ ਜਿਹੜੇ ਆ ਮੂਵਮੈਂਟਸ ਆਈਆਂ ਉਹ ਹੋਣਗੀਆਂ ਦੇ ਵਿੱਚ ਪੰਜਾਬ ਡਿਊਰਿੰਗ ਇੰਡੀਪੈਂਡੈਂਸ ਮਤਲਬ ਕਿ ਜਦੋਂ ਇੰਡੀਪੈਂਡੈਂਸ ਮੂਵਮੈਂਟ ਚੱਲ ਰਹੀ ਸੀਗੀ ਆਪਣੇ ਕੋਲੇ ਆਜ਼ਾਦੀ ਦੀ ਮੂਵਮੈਂਟ ਚੱਲ ਰਹੀ ਸੀਗੀ ਉਸ ਟਾਈਮ ਤੇ ਕਿਹੜੇ ਕਿਹੜੇ ਈਵੈਂਟ ਹੋਏ ਸੀਗੇ ਉਸ ਟਾਈਮ ਦੀਆਂ ਕਿਹੜੀਆਂ ਪਰਸਨੈਲਿਟੀਜ਼ ਗਏ ਭਾਕਸਤੰਨ ਗੁਣੀ ਸ਼ੀਰੂਦਨ ਸਿੰਘ ਜੀ ਜਿਹਨੇ ਉਹਨਾਂ ਬਾਰੇ ਆਪਾਂ ਦੇਖਾਂਗੇ ਨਾਲ ਦੀ ਨਾਲ ਹੀ ਪੰਜਾਬ ਬਿਫੋਰ ਐਂਡ ਆਫਟਰ ਇੰਡੀਪੈਂਡੈਂਸ ਜੀਓਗ੍ਰਾਫੀਕਲੀ ਦੇਖਾਂਗੇ ਕਿੰਨੇ ਕਿੰਨੇ ਚੇਂਜ ਆਏ ਸੀਗੇ ਇਹਦੇ ਨਾਲ ਹੀ ਆਪਣੇ ਕੋਲ ਕੀ ਆ ਜੀਓਗ੍ਰਾਫੀ ਆਫ ਪੰਜਾਬ ਵੀ ਇੱਕ ਟੌਪਿਕ ਹੋਊਗਾ ਇਹਦੇ ਵਿੱਚ ਕਿੰਨੀਆਂ ਮਿੱਟੀਆਂ ਕੀ ਕੀ ਹੋਊਗਾ ਰਿਵਰਸ ਐਂਡ এনवायरमेंट ਹੋ ਗਿਆ ਇਹਦੀਆਂ ਦੋ ਕਲਾਸਾਂ ਹੋਣਗੀਆਂ ਫੇਅਰਸ ਤੇ ਫੈਸਟੀਵਲ ਹੋਣਗੇ ਪੰਜਾਬ ਦੇ ਬੁਕਸ ਤੇ ਰਾਈਟਿੰਗਸ ਹੋਣਗੀਆਂ ਕਲਚਰ ਆਫ ਪੰਜਾਬ ਹੋਊਗਾ ਇੰਪੋਰਟੈਂਟ ਕੁਝ ਫੈਕਟ ਪੰਜਾਬ ਦੇ ਬਾਰੇ ਤੇ ਤਿੰਨ ਕਲਾਸਾਂ ਐਮਸੀਕਿਊਜ਼ ਦਾ ਵੀ ਹੋਣਗੀਆਂ ਇਹ ਹੋ ਆਪਣਾ ਪੰਜਾਬ ਦਾ ਵਰਦਾਨ ਬੈਚ ਪੰਜਾਬ ਜੀਕੇ ਦਾ ਹੁਣ ਇਹ ਜਿਹੜਾ ਪੰਜਾਬ ਜੀਕੇ ਦਾ ਵਰਦਾਨ ਬੈਚ ਆ ਵਰਦਾਨ ਇਹਦਾ ਨਾਮ ਪਤਾ ਕਿਉਂ ਕਿ ਜੇ ਤੁਸੀਂ ਪੰਜਾਬ ਦੇ ਪੀ ਟ੍ਰਿਪਲ ਐਸ ਦੇ ਪੇਪਰ ਦੇਖੋਗੇ ਤਾਂ 20 ਤੋਂ 25 ਨੰਬਰ ਦੇ ਕੁਐਸਚਨ ਆਉਂਦੇ ਹੀ ਨੇ ਤੇ ਉਹ ਕੁਐਸਚਨ ਜਿਹੜੇ ਕੀਤੇ ਜਾ ਸਕਦੇ ਨੇ ਤੇ ਤੁਹਾਡੇ ਲਈ ਕੀ ਹੋ ਗਿਆ ਵਰਦਾਨ ਹੋ ਗਿਆ ਜੀ ਤੁਹਾਡੇ ਲਈ ਕੀ ਹੋ ਗਿਆ ਵਰਦਾਨ ਹੋ ਗਿਆ ਇਹਨੂੰ ਐਨਰੋਲ ਕਰਨ ਦੇ ਲਈ ਆਪਾਂ ਨੂੰ ਪਤਾ ਹੋਈ 1999 ਰੁਪਏ ਦੀ ਕੀਮਤ ਦਾ ਬਟ ਨਹੀਂ ਤੁਹਾਨੂੰ ਪਤਾ ਤੁਹਾਡੇ ਫਤਿਹਸਰ ਦਾ ਕੋਡ ਚੱਲਦਾ ਕਿਹੜਾ Y565 ਜਿਵੇਂ ਇਹ ਕੋਡ ਲਾਉਂਗੇ ਸਿਰਫ ਤੇ ਸਿਰਫ ਕਿੰਨੇ ਚਾਊਗਾ 459 ਰੁਪੀਜ਼ ਦੇ ਵਿੱਚ ਇਟ ਮੀਨਸ ਲਗਭਗ 450 ਰੁਪਏ ਇਨਵੈਸਟ ਕਰਕੇ ਇੱਕ ਸਬਜੈਕਟ ਦੇ ਵਿੱਚੋਂ 20 ਦੇ 20 ਨੰਬਰ ਪੱਕੇ ਆਪਾਂ ਕਰ ਸਕਦੇ ਆ ਜਿਹੜੇ ਟਾਪਿਕ ਮੈਂ ਦਿਖਾਏ ਨੇ ਸਾਰੇ ਹੋ ਸਕਦਾ ਇਹ ਤੋਂ ਵੱਧ ਟਾਪਿਕ ਹੁਣ ਘੱਟ ਨਹੀਂ ਹੁੰਦੇ ਜੀ ਬੈਚ ਤੇ ਹੋਊਗਾ ਇਹ ਠੀਕ ਆ ਵੈਬਸਾਈਟ ਤੋਂ ਜਾ ਕੇ ਤੁਸੀਂ ਇਹਨੂੰ ਐਨਰੋਲ ਕਰ ਸਕਦੇ ਹੋ ਤੇ ਜਿਹੜੇ ਬੱਚਿਆਂ ਦੇ ਕੋਲ ਮਹਾ ਪੈਕ ਹੈ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਇਹ ਉਹਦੇ ਵਿੱਚ ਮਿਲੂਗਾ ਤੇ ਜੇ ਤੁਸੀਂ ਮਹਾ ਪੈਕ ਆਲਰੇਡੀ ਐਨਰੋਲ ਕੀਤਾ ਜਾਂ ਐਨਰੋਲ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਵੀ ਐਨਰੋਲ ਲੱਗ ਤੋਂ ਐਨਰੋਲ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਉਹਦੇ ਵਿੱਚ ਮਿਲੂਗਾ ਹੀ ਮਿਲੂਗਾ ਜੀ ਠੀਕ ਹੈ ਸਮਝੇ ਜੀ ਤੇ ਤੁਹਾਡੀ ਡਿਮਾਂਡ ਤੇ ਵਰਦਾਨ ਵਿੱਚ ਆ ਚੁੱਕਾ ਆ ਤੇ ਹੁਣ ਮਿਹਨਤ ਕਰਨੀ ਆ ਤੁਹਾਡੇ ਲਈ ਵਰਦਾਨ ਸਿੱਧ ਜਰੂਰ ਹੋਊਗਾ ਜਿਹੜੇ ਬੱਚਾ ਨੇ ਪਹਿਲਾਂ ਪੜੇ ਨੇ ਇੱਕ ਸਟਰਕਚਰ ਵੇਜ ਵਿੱਚ ਪੜਾਇਆ ਜਾਊਗਾ ਤੇ ਪ੍ਰੋਪਰਲੀ ਤੁਸੀਂ ਇਹਨੂੰ ਪੜ ਸਕਦੇ ਹੋ ਜੀ ਠੀਕ ਹੈ ਲਓ ਜੀ एमसीक्यूस ਦੱਸੋ ਫੇ ਕਿਨੂ ਕਿਨੂ ਵਧੀਆ ਲੱਗਾ ਇੱਕ ਵਾਰ ਲਾਈਕ ਕਰਕੇ ਦੱਸੋ ਵਰਦਾਨ ਬੈਚ ਬਾਰੇ ਜਰੂਰ ਲਾਈਕ ਕਰੋ ਕਿਉਂਕਿ ਤੁਹਾਡੀ ਡਿਮਾਂਡ ਤੇ ਆਪਾਂ ਇਹਨੂੰ ਲੈ ਕੇ ਆਂਦਾ ਆ ਤੇ ਹੁਣ ਦੇਖਦੇ ਆਪਾਂ ਅੱਗੇ ਕਿ ਨਿਕਲਦਾ ਠੀਕ ਆ ਜੀ ਲਓ ਜੀ ਇੱਕ ਵਾਰ ਲਾਈਕ ਕਰ ਦਿਓ ਕਲਾਸ ਨੂੰ ਫਿਰ ਆਪਾਂ ਸ਼ੁਰੂ ਕਰੀਏ ਲਓ ਜੀ ਪਹਿਲਾ ਕੁਸ਼ਣ ਤੁਹਾਡੇ ਸਾਹਮਣੇ ਆ ਅਬ ਮਜ਼ਾ ਆਏਗਾ ਵੀਰੋ ਮਜ਼ਾ ਕਿਉਂ ਆਏਗਾ ਇੱਕ ਤਾਂ ਐਮਸੀਕਿਊਸ ਆਪਾਂ ਕਰ ਰਹੇ ਸੀਗੇ ਇਹ ਬੈਚ ਬੱਚੇ ਆਪਣਾ 6 ਦਸੰਬਰ ਤੋਂ ਸਟਾਰਟ ਆ ਵਰਦਾਨ ਬੈਚ ਜਿਹੜਾ 6 ਦਸੰਬਰ ਤੋਂ ਦੀਆਂ ਕਲਾਸਾਂ ਸਟਾਰਟ ਨੇ ਤੁਸੀਂ ਐਨਰੋਲ ਕਰ ਸਕਦੇ ਹੋ 1 ਦਸੰਬਰ ਨੂੰ ਕਰ ਲਓ 2 ਨੂੰ ਕਰ ਲਓ 3 ਨੂੰ ਕਰ ਲਓ ਤੁਹਾਡੇ ਕੋਈ ਸ਼ਨਗੀ ਲੇਕਿਨ ਇਹ ਸਟਾਰਟ ਹੋਊਗਾ ਕਿੰਨੇ ਤੋਂ ਜੀ 6 ਦਸੰਬਰ ਤੋਂ ਓਕੇ ਲੋ ਜੀ ਅਬ ਮਜ਼ਾ ਆਏਗਾ ਵੀਰੋ ਪਹਿਲਾ ਕੁਐਸਚਨ ਦਾ ਮੇਕਰ ਆਫ ਦਾ ਕਲਚਰ ਐਂਡ ਪੰਜਾਬੀ ਕਲਚਰ ਇਜ਼ ਕਹਿੰਦੇ ਕਲਚਰ ਐਂਡ ਪੰਜਾਬੀ ਕਲਚਰ ਦੇ ਮੇਕਰ ਆਪਾਂ ਕਿਹਨੂੰ ਕਹਿੰਦੇ ਆ ਵੀ ਕਿਹਨਾਂ ਨੂੰ ਕਹਿੰਦੇ ਕਿ ਪੰਜਾਬੀ ਕਲਚਰ ਦੇ ਮੇਕਰ ਸੀਗੇ ਇਹਨਾਂ ਵਿੱਚੋਂ ਹਰਚਰਨ ਸਿੰਘ ਜੀ ਹੋਗੇ ਸੂਬਾ ਸਿੰਘ ਹੋਗੇ ਜਸਵਿੰਦਰ ਸਿੰਘ ਹੋਗੇ ਤੇ ਗੁਰਬਖਸ਼ ਸਿੰਘ ਹੋਗੇ ਕਿ ਇਹਨਾਂ ਨੂੰ ਅਸੀਂ ਕਾਊਂਟ ਕਰਦੇ ਹਾਂ ਜਿਦਾ ਪੰਜਾਬੀ ਕਲਚਰ ਦੇ ਮੇਕਰ ਲਓ ਜੀ ਦੱਸੋ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੇ ਨਿਰਮਾਤਾ ਕੌਣ ਨੇ ਸ਼ਾਬਾਸ਼ ਬੱਚੇ ਪੀਸੀਐਸ ਦਾ ਜੋ ਪੇਡਵੈਚ ਦੇਖ ਰਹੇ ਆ ਕਦੋਂ ਕੌਣਾ ਜਿਹੜਾ ਹਾਂ ਇੱਕ ਵਾਰਨ ਵਰਦਾਨ ਵੈਚ ਵਾਲੇ ਦੱਸਦਾ ਇਹ ਵਰਦਾਨ ਵੈਚ ਬਾਕੀ ਬੈਚਾਂ ਨੂੰ ਨਹੀਂ ਹੋਊਗਾ ਇਦਾਂ ਜਿਵੇਂ ਹਫ਼ਤੇ ਦੀਆਂ 2-3 ਕਲਾਸਾਂ ਆਇਆ ਕਰਨੀਆਂ ਜਿਆਦਾ ਨਹੀਂ ਆਉਣਗੀਆਂ ਬਾਕੀ ਬੈਚ ਦਾ ਰੈਗੂਲਰ ਕਲਾਸ ਆਉਂਦੀਆਂ ਹਾਂ ਇਹ ਆ ਵੀ ਉਮੀਦ ਆ ਵੀ ਹੋ ਜੂ ਜਿਹਦੀ ਸਰਵਿਸ ਕੰਪਲੀਟ ਲੇਕਿਨ ਰੈਗੂਲਰ ਜਿਵੇਂ ਰੋਜ਼ ਦੀ ਕਲਾਸ ਇਦਾਂ ਨਹੀਂ ਤੁਹਾਨੂੰ ਸ਼ਡਿਊਲ ਮਿਲ ਜੂਗਾ ਬੱਚੇ ਸ਼ਡਿਊਲ ਚੈੱਕ ਕਰ ਲਿਓ ਮਿਲ ਜੂਗਾ ਜੀ ਲਓ ਜੀ ਆਨਸਰ ਕੀ ਆਪਣੇ ਕੋਲੇ ਗੁਰਬਖਸ਼ ਸਿੰਘ ਇਹਦਾ ਬਾਲਾ ਥੱਲੇ ਲਿਖਾ ਗੁਰਬਖਸ਼ ਸਿੰਘ ਆ ਜੀ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਗੁਰਬਖਸ਼ ਸਿੰਘ ਹੁਣ ਜਿਨ੍ਹਾਂ ਨੂੰ ਪਤਾ ਸੀਗਾ ਚੰਗੀ ਗੱਲ ਆ ਜਿਨ੍ਹਾਂ ਨੂੰ ਨਹੀਂ ਪਤਾ ਇੱਕ ਵਾਰ ਦੁਬਾਰਾ ਆਨਸਰ ਕਰੋ ਆਪਸ਼ਨ ਨੰਬਰ ਡੀ ਆਨਸਰ ਕਰਕੇ ਦੱਸੋ ਸਾਰੇ ਜਣੇ ਸਾਰੇ ਬੱਚੇ ਆਪਸ਼ਨ ਨੰਬਰ ਡੀ ਆਨਸਰ ਕਰੋ ਤੇ ਪਲੱਸ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਲਓ ਜੀ ਅਗਲਾ ਕੁਐਸਚਨ ਕਲਚਰ ਦੇਖੋ ਜੀ ਆ ਹੁੰਦਾ ਆ ਤੇ ਜਦੋਂ ਕਲਚਰ ਦੀ ਗੱਲ ਚੱਲਦੀ ਆ ਗੁਰਬਖਸ਼ ਸਿੰਘ ਜੀ ਦੀ ਗੱਲ ਚੱਲੂਗੀ ਤੇ ਆ ਰਹੇ ਆਪਣੇ ਕੋਲੇ ਗੁਰਬਖਸ਼ ਸਿੰਘ ਜੀ ਕੌਣ ਨੇ ਗੁਰਬਖਸ਼ ਸਿੰਘ ਜੀ ਲਓ ਜੀ ਅਗਲਾ ਕੁਐਸਚਨ ਹੂ ਇਜ਼ ਕਾਲਡ ਦਾ ਜੈਨਿਸਿਸ ਆਫ ਦਾ ਪੰਜਾਬੀ ਸੂਫੀ ਪੋਇਟਰੀ ਕਹਿੰਦੇ ਪੰਜਾਬੀ ਸੂਫੀ ਕਵੀ ਦੇ ਉਤਪਤੀ ਨੂੰ ਕਿਸ ਨੂੰ ਕਿਹਾ ਜਾਂਦਾ ਹੈ ਉਤਪਤੀ ਕਿਸ ਨੂੰ ਕਿਹਾ ਜਾਂਦਾ ਹੈ ਸ਼ਾਬਾਸ਼ ਦੱਸੋ ਜੀ ਆਨਸਰ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਬੜੇ ਨਵੇਂ ਨਵੇਂ ਕੁਐਸਚਨ ਅੱਜ ਹੋਣਗੇ ਤੇ ਅਲਟੀਮੇਟ ਕੁਐਸਚਨ ਹੈ ਅੱਜ ਦੀ ਕਲਾਸ ਵਿੱਚ ਅਲਟੀਮੇਟ ਕੁਐਸਚਨ ਸ਼ਾਬਾਸ਼ ਕਰੋ ਕਰੋ ਆਨਸਰ ਕਰੋ ਮੇਰੀ ਪੰਜਾਬੀ ਦੀ ਕਲਾਸ ਹੈ ਜਿਸ ਕਿਹੜੇ ਬੱਚੇ ਕਿਹੜੀ ਪੰਜਾਬੀ ਦੀ ਕਲਾਸ ਆ ਜੀ लाओ लाओ जी लाओ जी क्लास लाइनी लाओ शाहबाशा आंसर करो ये आंसर है साढ़े को शेख फरीद जी कबीर जी कबीर जी कौन ने जी कहते कबीर जी आंसर का बिल्कुल सही है लो जी नैक्सट ठीक है की आंसर है हाँ शेख फरीद जी आएगा ना कबीर जी क्यों रहा ਆ ਫ੍ਰੀਜ ਦੀ ਫੋਟੋ ਆ ਮੈਂ ਤਾਂ ਆਪੇ ਚ ਕਨਫਿਊਜ਼ ਹੋ ਗਿਆ ਪੇੜ ਦੇ ਵਿੱਚ ਵਿੱਚ ਮੇਰੀ 1 ਵਜੇ ਹੁੰਦੀ ਕਲਾਸ ਪੰਜਾਬ ਜੀ ਕਦੀ ਇਹ ਤੀਰ ਗਲਤ ਕਰੀ ਜਾ ਰਿਹਾ ਜੀ ਆਹ ਕੌਣ ਨੇ ਦੱਸੋ ਪਾਵਾ ਫਰੀਜੀ ਨੇ ਨਾ ਤੇ ਆਨਸਰ ਏ ਆਉਣਾ ਚਾਹੀਦਾ ਫਿਰ ਅੱਜ ਇਹ ਸਾਰੇ ਆਨਸਰ ਗਲਤੀ ਕਰੀ ਜਾ ਰਿਹਾ ਚਲੋ ਕੋਈ ਨਹੀਂ ਹਾਂਜੀ ਅਗਲਾ ਕੁਐਸਚਨ ਅਗਲਾ ਆ ਗਿਆ ਕਹਿੰਦੇ ਅੰਡਰ ਵਿਚ ਮੁਗਲ ਐਂਪੀਰਰ ਰੂਲਰਸ਼ਿਪ ਦਾ ਆਰਗੇਨਾਈਜੇਸ਼ਨ ਆਫ ਦਾ ਫਿਕਸ਼ਨ ਪੋਇਟਰੀ ਐਟ ਐਕਸਪਲਿਸ ਕਹਿੰਦੇ ਕਿਹੜੇ ਰੂਲਰ ਦੇ ਟਾਈਮ ਪੀਰੀਅਡ ਤੇ ਆਪਣੇ ਕੋਲ ਕੀ ਆ ਜੀ ਹਾਂਜੀ ਸ਼ਾਬਾਸ਼ ਸ਼ਾਬਾਸ਼ ਕਰੋ ਕਿਹੜੇ ਮੁਗਲ ਰਾਜੇ ਦੇ ਟਾਈਮ ਤੇ ਪੋਇਟਰੀ ਫਿਕਸ਼ਨ ਹੋਇਆ ਸੀਗਾ ਚਾਰ ਆਪਸ਼ਨ ਨੇ ਔਰੰਗਜ਼ੇਬ ਅਕਬਰ ਜਹਾਂਗੀਰ ਤੇ ਸ਼ਾਹਜਹਾਂ ਹਾਂ ਅਨਸਰ ਪਹਿਲਾਂ ਹੀ ਆ ਗਿਆ ਚਲੋ ਕੋਈ ਨਹੀਂ ਜਹਾਂਗੀਰ ਮੈਂ ਇਹ ਲਿਖ ਲੈ ਕਹ ਸਕਾਂ ਜਹਾਂਗੀਰ ਕੌਣ ਹੈ ਜੀ ਇਹ ਅਕਬਰ ਆ ਤੇ ਅਕਬਰ ਦੀ ਫੋਟੋ ਦੇਖ ਲਓ ਅਕਬਰ ਦੇ ਟਾਈਮ ਤੇ ਸੀਗਾ ਇਹ ਵਾਲਾ ਅਕਬਰ ਇੱਕ ਬੜਾ ਹੀ ਲਿਬਰਲ ਰਾਜਾ ਸੀਗਾ ਅਕਬਰ ਨੇ ਬੜੇ ਬੜੇ ਵੱਡੇ ਕੰਮ ਕੀਤੇ ਨੇ ਬੜੇ ਚੰਗੇ ਕੰਮ ਕੀਤੇ ਨੇ ਤੇ ਸਾਨੂੰ ਉਹਨਾਂ ਦੇ ਕੰਮਾਂ ਬਾਰੇ ਮੈਂ ਅਗਲੀ ਕਲਾਸ 'ਚ ਹੀ ਦੱਸੂਗਾ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਕੁਐਸਚਨ ਤੇ ਲਓ ਜੀ ਅਗਲਾ ਕੁਐਸਚਨ ਵਿਚ ਕਮਿਊਨਿਟੀ ਇਜ਼ ਦਾ ਬੈਸਾਖੀ ਫੈਸਟੀਵਲ ਇਜ਼ ਕਹਿੰਦੇ ਕਿਹੜੀ ਕਮਿਊਨਿਟੀ ਦਾ ਜਿਹੜਾ ਹੈਗਾ ਆ ਬੈਸਾਖੀ ਫੈਸਟੀਵਲ ਆਪਾਂ ਬੈਸਾਖੀ ਦਾ ਤਿਹਾਰ ਕਿਹੜੀ ਕਮਿਊਨਿਟੀ ਨੂੰ ਕਹਿੰਦੇ ਕਿ ਇਹਨਾਂ ਦਾ ਬੈਸਾਖੀ ਦਾ ਤਿਹਾਰ ਇਹਨਾਂ ਵਿੱਚੋਂ ਬਸਾਖੀ ਕਿਹੜੇ ਲੋਕ ਬੜੀ ਹੀ ਖੁਸ਼ੀ ਨਾਲ ਮਨਾਉਂਦੇ ਨੇ ਚਾਰ ਆਪਸ਼ਨ ਨੇ ਫਾਰਮਰ ਲੇਬਰਰ ਲੀਡਰ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਲਓ ਜੀ ਦੱਸੋ ਕਿਹੜੇ ਲੋਕ ਜਿਹੜੇ ਨੇ ਬੈਸਾਖੀ ਖੁਸ਼ੀਆਂ ਦਾ ਤਿਹਾਰ ਹੈ ਜਦੋਂ ਵਿਸਾਖੀ ਦਾ ਦਿਨ ਆਉਂਦਾ ਜਾ ਤੇ ਫਾਰਮਰਸ ਨੂੰ ਖੁਸ਼ੀ ਚੜ ਜਾਂਦੀ ਹੈ ਕਿ ਹਾਂਜੀ ਦੇਖੋ ਵਿਸਾਖੀ ਆ ਗਈ ਹੈ ਤੇ ਗਾਣਾ ਚੱਲਦਾ ਕਿ ਮਾਰਦਾ ਦਮਾਵੇਂ ਜੱਟ ਮੇਲੇ ਆ ਗਿਆ ਆ ਦੇਖੋ ਜੀ ਹੈਪੀ ਵਿਸਾਖੀ ਤੇ ਹੈਪੀ ਵਿਸਾਖੀ ਤੇ ਫਿਰ ਇਦਾਂ ਦੀ ਖੁਸ਼ੀ ਹੁੰਦੀ ਹੈ ਕਹਿੰਦੇ ਕਿਸਾਨਾਂ ਦੇ ਵਿੱਚ ਵਧੀਆ ਨੱਚਦੇ ਗਾਉਂਦੇ ਭੰਗੜਾ ਪਾਉਂਦੇ ਲੋਕੀ ਮੇਲੇ ਦੇਖਣ ਜਾਂਦੇ ਨੇ ਵਧੀਆ ਜੀ ਇੱਕ ਵਾਰ ਹੋਰ ਲਾਈਕ ਕਰੋ ਜਿਨ੍ਹਾਂ ਨੇ ਹਜੇ ਤੱਕ ਕਲਾਸ ਲਾਈਕ ਨਹੀਂ ਕੀਤੀ ਦੱਸੋ ਮੈਨੂੰ ਕਲਾਸ ਵਧੀਆ ਲੱਗ ਰਹੀ ਹੈ ਵੈਸੇ ਅਡੀਆਂ ਫੋਟੋਆਂ ਪਾ ਰਿਹਾ ਅੱਧੀਆਂ ਚੀਜ਼ਾਂ ਇਹਨਾਂ ਨੇ ਕਲੀਅਰ ਕਰ ਦੇਣੀਆਂ ਹੈਨਾ ਜਿਹੜੇ ਫੋਟੋਆਂ ਨੇ ਆਪਣੇ ਕੋਲੇ ਇਹਨਾਂ ਨੇ ਬਹੁਤ ਕੁਝ ਕਲੀਅਰ ਕਰਨਾ ਤੇ ਤਾਂ ਕਰਕੇ ਲਾਈਕ ਕਰ ਦਿਓ ਜਿਹਨਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਕਲਾਸ ਨੂੰ ਜਲਦੀ ਜਲਦੀ ਕਰੋ ਲਾਈਕ ਜਲਦੀ ਜਲਦੀ ਮੈਂ ਕੰਕਰੀ ਕ੍ਰੋਪ ਪੱਕ ਗਈ ਆ ਤੇ ਹਾਂਜੀ ਵੈਰੀ ਗੁੱਡ ਦ ਕਾਲ사 ਪੰਥ ਦੀ ਸਾਜਨਾ ਕਦੋਂ ਹੋਈ ਸੀਗੀ ਇਥੋਂ ਮੈਨੂੰ ਯਾਦ ਆ ਗਿਆ ਖਾਲਸਾ ਪੰਥ ਦੀ ਸਾਜਨਾ ਕਦੋਂ ਹੋਈ ਸੀਗੀ ਵਿਸਾਖੀ ਦੇ ਕਹਿੰਦੇ ਨਾ ਕਦੋਂ ਹੋਈ ਸੀਗੀ 30 ਮਾਰਚ 1699 ਨੂੰ ਜੀ ਲਿਖ ਲਓ 30 ਮਾਰਚ 1699 ਚਲੋ ਜੀ ਅਗਲਾ ਕੁਐਸਚਨ ਦਾ ਹੈਡਕ quarter ਆਫ ਗਦਰ ਪਾਰਟੀ ਵਾਸ ਐਟ ਗਦਰ ਪਾਰਟੀ ਦਾ ਹੈਡਕ quarter ਕਿੱਥੇ ਆ ਇਹ ਤੁਸੀਂ ਦੱਸਣਾ ਆ ਗਦਰ ਪਾਰਟੀ ਦਾ ਹੈੱਡਕੁਆਰਟਰ ਕਿੱਥੇ ਹੈ ਤੁਹਾਡੇ ਸਾਹਮਣੇ ਕੁਐਸਚਨ ਹੈ ਤੇ ਇਹਦਾ ਆਨਸਰ ਕਰੋ ਜੀ ਗਦਰ ਪਾਰਟੀ ਧੰਨਵਾਦੀ ਪੱਗ ਪੱਗ ਸੋਹਣੀ ਹੁੰਦੀ ਆ ਫਿਰ ਲਾਈਕ ਕਰੋ ਇਸ ਮਾਮਲੇ ਤੁਸੀਂ ਲਾਈਕ ਨਹੀਂ ਅਜੇ ਤੱਕ ਕੀਤਾ ਲਾਈਕ ਨਹੀਂ ਕਰ ਰਹੇ ਬਹੁਤ ਨਵੇਂ-ਨਵੇਂ ਤੁਹਾਡੇ ਲਈ ਕੁਐਸਚਨ ਨੇ ਅੱਜ ਤੇ ਆਨਸਰ ਇਹਦਾ ਹੈਗਾ ਸੈਨ ਫ੍ਰਾਂਸਿਸਕੋ ਕਿਹੜੀ ਕੰਟਰੀ ਚਾ ਸੈਨ ਫ੍ਰਾਂਸਿਸਕੋ ਇਹ ਕਿਹੜੀ ਕੰਟਰੀ ਚਾ ਇਸ ਕੰਟਰੀ ਦਾ ਨਾਮ ਦੱਸਣਾ ਗਦਰ ਪਾਰਟੀ ਕਦੋਂ ਸਟਾਰਟ ਹੋਈ ਸੀਗੀ ਤੁਸੀਂ ਮੈਨੂੰ ਇਹ ਦੱਸਣਾ ਇਹਦੇ ਫੇਮਸ ਲੀਡਰ ਤੁਸੀਂ ਮੈਨੂੰ ਦੱਸਣਾ ਜੀ ਫੇਮਸ ਲੀਡਰ ਤਿੰਨ ਕੁਐਸਚਨ ਨੇ ਤਿੰਨਾਂ ਦੇ ਆਨਸਰ ਕਰੋ ਤਿੰਨਾਂ ਦੇ ਆਨਸਰ ਕਰੋ ਸਭ ਤੋਂ ਪਹਿਲਾਂ ਤਾਂ ਕਹਿੰਦੇ ਕੰਟਰੀ ਹੈਗੀ ਯੂਐਸਏ ਯੂਐਸਏ ਦੂਜੇ ਨੰਬਰ ਤੇ ਕਦੋਂ ਬਣੀ ਸੀਗੀ ਪਾਰਟੀ ਦੱਸੋ ਜੀ ਮੈਨੂੰ ਪਾਰਟੀ ਕਦੋਂ ਬਣੀ ਸੀਗੀ 1900 ਹਾਂਜੀ 1900 ਸ਼ਾਬਾਸ਼ 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 1913 ਜੈ ਵੀਰ 1913 ਚ ਫਿਰ ਕਿਹੜੇ ਕਿਹੜੇ ਲੀਡਰ ਸੀਗੇ ਸੋਨ ਸਿੰਘ ਭਗਨਾ ਜੀ ਹੋਗੇ ਹੈਨਾ ਸੋਨ ਸਿੰਘ ਭਗਨਾ ਹੋਗੇ ਲਾਲਾ ਹਰਦੇਆਲ ਹੁਣੀ ਹੋਗੇ ਉਹ ਸੀਗੇ ਇਹਨਾਂ ਦੇ ਫੇਮਸ ਲੀਡਰ ਆ ਗਦਰ ਪਾਰਟੀ ਦੇ ਹਾਲਾਂਕਿ ਗਦਰ ਪਾਰਟੀ ਗਦਰ ਇੱਕ ਨਿਊਜ਼ਪੇਪਰ ਸੀਗਾ ਪਹਿਲਾਂ ਗਦਰ ਕੀ ਸੀਗਾ ਇੱਕ ਨਿਊਜ਼ਪੇਪਰ ਸੀਗਾ ਆ ਉਸ ਫੇਮਸ ਮੈਂਬਰ ਨੇ ਉਸ ਟਾਈਮ ਦੇ ਤੇ ਇਹਨਾਂ ਵਿੱਚ ਹੀ ਆਪਣੇ ਕੋਲ ਲੋ ਜੀ ਫਾਊਂਡਰ ਲਿਖੇ ਗਏ ਨੇ ਕੌਣ ਕੌਣ ਨੇ ਬਾਬਾ ਸੋਨ ਸਿੰਘ ਭਗਨਾ ਜੀ ਹੋ ਗਏ ਲਾਲਾ ਹਰदयाल ਜੀ ਹੋ ਗਏ ਆਪਣੇ ਕੋਲੇ ਠੀਕ ਹੈ ਮੌਲਵੀ ਬਖਤ ਉਲਾ ਹੋ ਗਏ ਪੰਡਿਤ ਕਾਸ਼ੀਰਾਮ ਹੋ ਗਏ ਤੇ ਨਾਲ ਜੀ ਬਾਬਾ ਕੇਸਰ ਸਿੰਘ ਇਹ ਵੀ ਹੋ ਗਏ ਤੇ ਸਾਡੇ ਕੋਲੇ ਹੋਰ ਵੀ ਜਿਹੜੇ ਮੇਨ ਮੇਨ ਨੇ ਇਹ ਫਾਊਂਡਰ ਦੀ ਕੈਟਾਗਰੀ ਚਾਹੁੰਦੇ ਨੇ ਬਾਕੀ ਹੋਰ ਕਾਫੀ ਸਾਰੇ ਉਹਨੇ ਲੇਕਿਨ ਇਹ ਕਿ ਨਹੀਂ ਆਪਣੇ ਕੋਲੇ ਫਾਊਂਡਰ ਨੇ ਜੀ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ which created the state of punjab and haryana in 1966 was enacted on the basis of the recommendation of ਕਹਿੰਦੇ ਕਿਹੜੀ ਰეკਮੈਂਡੇਸ਼ਨ ਦੇ ਆਧਾਰ ਤੇ ਜਿਹੜਾ ਐਕਟ ਬਣਾਇਆ ਗਿਆ ਸੀਗਾ ਸੱਜੀ ਮੈਂ ਐਮਐਲ ਮਹਾ ਪੈੱਕ ਲੇਤਾ ਹਾਂ ਜੀ ਸ਼ਾਪ ਦੀ ਫੀ ਪੇ ਕਰ ਸਕਦੀ ਹਾਂ ਸ਼ਾਪ ਤੋਂ ਕੁਰਪ੍ਰਿਤ ਬੱਚੇ ਆਈਡੀ ਆਪਦੀ ਤੋਂ ਹੀ ਐਨਰੋਲ ਕਰਿਓ ਜੇ ਕਿਸੇ ਨੇ ਮਹਾ ਪੈਕ ਲੈਣਾ ਆ ਆਪਦੀ ਆਈਡੀ ਤੋਂ ਐਨਰੋਲ ਕਰਿਓ ਕਿਉਂਕਿ ਤੁਹਾਡੀ ਆਈਡੀ ਤੇ ਹੀ ਪੈਕ ਚਲਣਾ ਹੋ ਪੇਮੈਂਟ ਤੁਸੀਂ ਕਿਸੇ ਤੋਂ ਵੀ ਕਰਵਾ ਸਕਦੇ ਹੋ ਕੋਈ ਸ਼ੂ ਨਹੀਂ ਲੇਕਿਨ ਆਈਡੀ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡੇ ਫੋਨ ਤੋਂ ਹੋਣਾ ਚਾਹੀਦਾ ਆ ਕਾਰਡ ਉਹਦਾ ਹੋ ਜਵੇ ਕੋਈ ਚੱਕਰ ਨਹੀਂ ਲੇਕਿਨ ਆਈਡੀ بار بار ਮੈਂ ਕਹਿ ਰਹੇ ਆ ਫੋਨ ਦੇ ਉੱਤੇ ਤੁਹਾਡੀ ਹੋਵੇ ਜਿਹੜੀ ਆਈਡੀ ਤੋਂ ਤੁਸੀਂ ਰਜਿਸਟਰ ਕਰੋਗੇ ਉਸੇ ਆਈਡੀ ਤੇ ਹੀ ਚੱਲੂਗਾ ਅਦਰਵਾਈਜ਼ ਉਹ ਨਹੀਂ ਚੱਲੂਗਾ ਫਿਰ ਨਾ ਕਿਉਂ ਪੈਸੇ ਵੀ ਤੁਸੀਂ ਪਾ ਦੋ ਤੇ ਚੱਲੇ ਬਣਾ ਫਿਰ ਥੋੜਾ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਤਾਂ ਕਰਕੇ ਆਪਦੀ ਆਈਡੀ ਤੇ ਹੀ ਕਰਾਇਓ ਜੀ ਠੀਕ ਹੈ ਕੌਣ ਸੀਗੇ ਜੀ ਸ਼ਾ ਕਮਿਸ਼ਨ ਆਪਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਤੇ ਜਦੋਂ ਕਹਿੰਦੇ ਫਿਰ ਬਣਿਆ ਸੀਗਾ 1966 ਦੇ ਵਿੱਚ ਇਦਾਂ ਦਾ ਪੰਜਾਬ ਬਣਿਆ ਸੀਗਾ ਪਹਿਲਾਂ ਸੀਗਾ ਆਪਣੇ ਕੋਲੇ ਆ ਪੰਜਾਬ ਪਹਿਲਾ ਪੰਜਾਬ ਆ ਸੀਗਾ 1956 ਦੇ ਵਿੱਚ ਤੇ 1956 ਵਿੱਚ ਆਪਾਂ ਕੀ ਕੀਤਾ ਸੀਗਾ ਜਿਹੜਾ ਪੈਪਸੂ ਸੀਗਾ ਉਹਨੂੰ ਐਂਟਰ ਕਰ ਲਿਆ ਹਿਮਾਚਲ ਪ੍ਰਦੇਸ਼ ਆ ਬਣਾ ਦਿੱਤਾ ਤੇ 1966 ਦੇ ਵਿੱਚ ਫਿਰ ਕੀ ਕੀਤਾ ਆਪਾਂ ਹਰਿਆਣਾ ਅਲੱਗ ਕਰਤਾ ਬਹੁਤ ਸਾਰਾ ਪਾਰਟ ਜਿਹੜਾ ਸੀਗਾ ਪੰਜਾਬ ਦਾ ਐਕਸਟਰਾ ਉਹ ਹਿਮਾਚਲ ਨੂੰ ਦੇ ਦਿੱਤਾ ਤੇ ਚੰਡੀਗੜ੍ਹ ਨੂੰ ਇੱਥੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਤੇ ਲਓ ਜੀ ਦਿੱਲੀ ਪਹਿਲਾਂ ਹੀ ਹੈਗੀ ਸੀਗੀ ਦਿੱਲੀ ਕਦੋਂ ਵੈਸੇ ਬਣੀ ਸੀਗੀ ਅਲੱਗ ਪੰਜਾਬ ਨਾਲ ਉਹ ਹੀ ਕਹਿੰਦੇ ਦਿੱਲੀ ਅਲੱਗ ਕੀਤੀ ਸੀਗੀ ਕਦੋਂ ਕੀਤੀ ਸੀਗੀ ਪਹਿਲਾ ਕੁਐਸਚਨ ਅ ਤੇ 1966 ਦੇ ਵਿੱਚ ਆਪਣਾ ਪੰਜਾਬ ਤੇ ਹਰਿਆਣਾ ਅਲੱਗ-ਅਲੱਗ ਹੋਇਆ ਸੀਗਾ ਉਹ ਡੇਟ ਕਿਹੜੀ ਸੀਗੀ ਜਦੋਂ ਇਹ ਅਲੱਗ ਹੋਇਆ ਸੀਗਾ ਐਗਜ਼ੈਕਟ ਡੇਟ ਕਿੰਨੀ ਸੀਗੀ ਵੀ ਦੱਸੋ ਜੀ ਕਿੰਨੀ ਐਗਜ਼ੈਕਟ ਡੇਟ ਸੀਗੀ ਬਹੁਤ ਜੀ ਤੇ ਕਹਿੰਦੇ ਅ ਪੰਜਾਬ ਨਾਲੋਂ ਦਿੱਲੀ ਅਲੱਗ ਕੀਤਾ ਗਿਆ ਸੀਗਾ 1911 ਦੇ ਵਿੱਚ ਤੇ 1 ਨਵੰਬਰ 1966 1 ਨਵੰਬਰ 1966 ਨੂੰ ਕੀ ਕੀਤਾ ਗਿਆ ਸੀਗਾ ਪੰਜਾਬ ਤੇ ਹਰਿਆਣਾ ਅਲੱਗ-ਅਲੱਗ ਹੋਏ ਸੀਗੇ ਉਸ ਟਾਈਮ ਦੇ ਜਸਟਿਸ ਸ਼ਾਹ ਸੀਗੇ ਜੇ ਸੀ ਸ਼ਾਹ ਪੈਨਾਂ ਨੂੰ ਕਹਿੰਦੇ ਆ ਇੱਕ ਫਾਰਮਰ ਚੀਫ ਜਸਟਿਸ ਸੀਗੇ ਇੰਡੀਆ ਦੇ ਇਹਨਾਂ ਦੇ ਨਾਲ ਦੋ ਮੈਂਬਰ ਹੋਰ ਸੀਗੇ ਐਸ ਦਾਤੇ ਐਮ ਐਮ ਫਿਲਿਪਸ ਇਹ ਦੋ ਮੈਂਬਰ ਵੀ ਸੀਗੇ ਇਹਨਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹਨਾਂ ਦੇ ਨਾਮ ਵੀ ਕਈ ਵਾਰ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਕਿਨ ਪੁੱਛੇ ਜਾਂਦੇ ਨੇ ਹੁਣ ਇੱਕ ਗੱਲ ਮੈਨੂੰ ਇਹ ਦੱਸੋ ਕਿ ਕੰਟੈਂਟ ਪਸੰਦ ਆ ਐਨੀ ਡਿਟੇਲ ਦੇ ਵਿੱਚ ਐਮ ਸੀ ਕਿਊਜ਼ ਇਹਨੇ ਵਧੀਆ-ਵਧੀਆ ਐਮ ਸੀ ਕਿਊਜ਼ ਪਸੰਦ ਨੇ ਜੇ ਪਸੰਦ ਨੇ ਤਾਂ ਫਿਰ ਕਲਾਸ ਨੂੰ ਲਾਈਕ ਆਪਾਂ ਕਿਉਂ ਨਹੀਂ ਕਰ ਰਹੇ ਹਾਂ ਹਾਂਜੀ ਫਿਰ ਲਾਈਕ ਕਿਉਂ ਨਹੀਂ ਕਰ ਰਹੇ ਲਾਈਕ ਕਰੋ ਕਲਾਸ ਨੂੰ ਹੁਣੇ 250 ਜੇ ਲਾਈਵ ਨੇ ਤਾਂ ਆਪਣੇ ਲਾਈਕ ਵੀ 250 ਹੋ ਜਾਣੇ ਚਾਹੀਦੇ ਨੇ ਹੁਣੇ ਲਾਈਕ ਕਰੋ ਜਲਦੀ ਜਲਦੀ ਤਾਂ ਕਿ ਆਪਣੇ 250 ਪਾਰ ਹੋ ਜਾਣ ਫਿਰ ਤੁਹਾਡੇ ਨੂੰ ਸ਼ੇਅਰ ਆ ਜਾਂਦਾ ਹੁੰਦਾ ਕਿਹੜਾ ਇਹ ਕੋਈ ਗਲਤ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸੱਜਣਾ ਹੈ ਫਿਰ ਉਹੀ ਗੱਲ ਹੈ ਨਾ ਗਲਤ ਨਹੀਂ ਸੱਜਣਾ ਲਾਈਕ ਕੀਤੇ ਬਿਨਾ ਪੜਨਾ ਮਸਲੇ ਦਾ ਹਾਲਤ ਨਹੀਂ ਸੱਜਣਾ ਮਸਾਲੇ ਹੁਣ ਤੁਹਾਡੇ ਲਈ ਮੈਂ ਕਿੱਥੋਂ ਲੈ ਕੇ ਆਵਾਂ ਇਦਾਂ ਹੀ ਲਾਈਕ ਕਰਨਾ ਪੈਣਾ ਹੈ ਕਰ ਦਿਆ ਕਰੋ ਲਾਈਕ ਟੈਨਸ਼ਨ ਨਾ ਲਿਆ ਕਰੋ ਬਹੁਤ ਮਿਹਨਤ ਲੱਗ ਜਾਂਦੀ ਹੈ ਮੇਰੀ ਤੁਹਾਡੇ ਤੋਂ ਮੈਨੂੰ ਮੋਟੀਵੇਸ਼ਨ ਮਿਲਦੀ ਆ ਹੁਣ ਦੇਖੀ ਚਲੋ ਜਿਵੇਂ ਜਿਵੇਂ ਲਾਈਕ ਵਧੀਗਾ ਨਾ ਮੇਰੀ ਪਰਫਾਰਮੈਂਸ ਦੇਖੋ ਫਿਰ ਬਸ ਜਦੋਂ ਲਾਈਕ ਘਟੁੰਦੇ ਨੇ ਫਿਰ ਮੈਂ ਵੀ ਠੰਡਾ ਜਾ ਪੈ ਜਾਣਾ ਵੀ ਯਾਰ ਬੱਚੇ ਨੂੰ ਪਸੰਦ ਨਹੀਂ ਆਇਆ ਇਸ ਕਾਰਸ ਮੈਂ ਇੰਨੀ ਮਿਹਨਤ ਕੀਤੀ ਆ ਤੇ ਜਦੋਂ ਤੁਹਾਡੇ ਲਾਈਕ ਹੋਣੇ 250 ਪਲੱਸ ਹੋ ਗਿਆ ਤੁਹਾਨੂੰ ਮੈਂਟ 'ਚ ਪਤਾ ਲੱਗ ਜਾਣਾ ਕਿ ਫਤਿਹ ਸਾਹ ਦੇ ਵਿੱਚ ਵੀ ਜਾਦੂ ਜਿਹਾ ਆ ਗਿਆ ਕੋਈ ਉਹ ਜਾਦੂ ਤਾਂ ਆ ਗਿਆ ਕਿਉਂਕਿ ਤੁਸੀਂ ਲਾਈਕ ਜਿਹੜਾ ਉਹ 250 ਟਪਾ ਦਿੱਤਾ ਨਾਲ ਦੀ ਨਾਲੇ ਤੁਹਾਡੇ ਸਾਹਮਣੇ ਆ ਇਹ ਵੀ ਨਹੀਂ ਹੈਗਾ ਕਿ ਹਾਂ ਕਿਤੇ ਲੋਕਲ ਸ਼ੌਪ ਕੇ ਹੋਣਾ ਤੁਹਾਡੇ ਸਾਹਮਣੇ ਰਿਜ਼ਲਟ ਮੈਂਟ 'ਚ ਹੀ ਸਭ ਤੋਂ ਫਾਸਟ ਰ చికా ਸਭ ਤੋਂ ਫਾਸਟ ਰਿਜ਼ਲਟ ਲਾਈਕ ਤਾਂ ਮਿਲਦਾ ਜੀ ਚਲੋ ਜੀ ਅਗਲਾ ਮਾਮਾ ਵਾਲੀ ਗੱਲ ਕਹਿ ਦਿੰਦੇ ਆ ਤੇ ਇੱਕ ਲਾਈਕ ਕਰਨਗੇ ਤਾਂ ਤੁਸੀਂ ਮਾਮਾ ਲਾਈਕ ਨਹੀਂ ਕਰਦੇ ਲਾਈਕ ਕਰੋ ਛੇਦੀ ਹੈ ਦੀ ਹੈ ਲਾਈਕ ਕਰੋ ਛੇਦੀ ਹੈ ਦੀ ਲੋ ਜੀ ਅਗਲਾ ਕੁਸ਼ਣ ਤੁਹਾਡੇ ਸਾਹਮਣੇ ਆ ਹੂ ਅਮੰਗ ਦਾ ਫੋਲੋਇੰਗ ਹੈਡ ਬੀਨ ਦਾ ਫਰਸਟ ਰੈਸੀਪੀਐਂਟ ਆਫ ਦਾ ਸਾਹਿਤਿਆ ਅਕੈਡਮੀ ਅਵਾਰਡ ਕਹਿੰਦੇ ਪੰਜਾਬੀ ਦੇ ਲਈ ਸਾਹਿਤਿਆ ਅਕੈਡਮੀ ਅਵਾਰਡ ਜਿਹਨਾਂ ਨੂੰ ਮਿਲਿਆ ਸੀਗਾ ਪਹਿਲਾ ਬੰਦਾ ਉਹ ਕਿਹੜਾ ਸੀਗਾ ਪਹਿਲਾ ਬੰਦਾ ਕਿਹੜਾ ਸੀਗਾ ਜਿਨ੍ਹਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਹੈ ਲੋ ਜੀ ਦੱਸੋ ਫਿਰ ਕਰੋ 500 ਲਾਈਕ ਸਹੀ ਹੈ ਜੀ индуਰੰਗਾ ਕਰੋ 500 ਲਾਈਕ ਕਹਿੰਦੇ ਠੋਕੋ ਲਾਈਕ ਠੋਕੋ ਲਾਈ ਕਹਿੰਦੇ ਠੋਕੋ ਤਾੜੀ ਠੋਕੋ ਲਾਈਕ ਲਾਈਕ ਠੋਕੋ ਸ਼ਾਬਾਸ਼ 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 ਵੈਰੀ ਗੁੱਡ ਇੱਕ ਕੁਐਸਚਨ 90 ਤੋਂ ਲੈ ਕੇ 95% ਬੱਚਿਆਂ ਦਾ ਗਲਤ ਹੋਣਾ ਆ ਉਹਦਾ ਕਾਰਨ ਇਹ ਆ ਕਿ ਤੁਸੀਂ ਧਿਆਨ ਦੇ ਨਾਲ ਕੁਐਸਚਨ ਨਹੀਂ ਪੜ੍ਹਨਾ ਬਸ ਲਓ ਜੀ ਮੈਂ ਪਹਿਲਾਂ ਦੱਸਦਾ ਸ਼ਾਬਾਸ਼ ਸ਼ਾਬਾਸ਼ ਕਰੋ ਕਰੋ ਆਨਸਰ ਕਰੋ 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 ਆਨਸਰ ਕਰੋ 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 ਸ਼ਾਬਾਸ਼ 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 ਹੁਣ ਦੁਬਾਰਾ ਆਨਸਰ ਕਰਿਓ ਜਿਨ੍ਹਾਂ ਦਾ ਗਲਤ ਹੋਇਆ ਹੁਣ ਦੁਬਾਰਾ ਕਰਿਓ ਕੀ ਆਨਸਰ ਆਪਣੇ ਕੋਲੇ ਕਹਿੰਦੇ ਭਾਈ ਵੀਰ ਸਿੰਘ ਜੀ ਤੇ ਜਿਨ੍ਹਾਂ ਨੇ ਲਾਇਆ ਅਮਰਤਾ ਪ੍ਰੀਤਮ ਜੋ ਗਲਤ ਆ ਉਹ ਗਲਤ ਆ ਕਾਰਨ ਕੀ ਆ ਗਲਤ ਕਿਉਂ ਚਲੋ ਦੱਸੋ ਕੀ ਅਮਰਤਾ ਪ੍ਰੀਤਮ ਜੀ ਨੂੰ ਕਿਹੜਾ ਅਵਾਰਡ ਮਿਲਿਆ ਸੀਗਾ ਅਮਰਤਾ ਪ੍ਰੀਤਮ ਨੂੰ ਕਿਹੜਾ ਅਵਾਰਡ ਮਿਲਿਆ ਸੀਗਾ ਅਮਰਤਾ ਪ੍ਰੀਤਮ ਨੂੰ ਕਿਹੜਾ ਅਵਾਰਡ ਮਿਲਿਆ ਸੀਗਾ ਇੰਡੀਆ ਦਾ ਹਾਈएस्ट ਲਿਟਰੇਰੀ ਅਵਾਰਡ ਕਿਹੜਾ ਹੈ অপਸ਼ਨ ਦਿੱਤਾ ਤੁਹਾਨੂੰ ਕਲੂ ਦਿੱਤਾ ਹੈ ਇੰਡੀਆ ਦਾ ਹਾਈएस्ट ਲਿਟਰੇਰੀ ਅਵਾਰਡ ਕਿਹੜਾ ਹੈ हां ज्ञानपीठ अवार्ड शाबाश ओ ज्ञानपीठ अवार्ड ਸੀਗਾ ਕਿਹੜਾ ਸਾਹਿਤ ਅਕੈडमी अवार्ड ਹੋ ਗਈ ਕਿ ਨਹੀਂ ਗਲਤੀ ਇਹ ਆਪਾਂ ਗਲਤੀ ਕਰ ਕਨੇ ਸੀ ਪੇਪਰ ਦੇ ਵਿੱਚ ਤੇ ਸਾਹਿਤ ਅਕੈडमी ਅਵਾਰਡ 2022 ਵਾਲਾ ਕਿਹਨਾਂ ਨੂੰ ਮਿਲਿਆ 2021 ਵਾਲਾ ਜਿਹੜਾ ਸੀਗਾ ਉਹ 2022 ਚ ਦਿੱਤਾ ਗਿਆ ਸੀਗਾ ਇਹ ਵਾਲਾ ਕਿਹਨਾਂ ਨੂੰ ਮਿਲਿਆ ਉਹਨਾਂ ਦਾ ਨਾਮ ਕੀ ਹੈ ਲੋ ਜੀ ਹੁਣ ਕਿਹਨਾਂ ਨੂੰ ਮਿਲਿਆ ਦੱਸੋ ਸਭ ਤੋਂ ਪਹਿਲਾਂ ਕਿਹਨਾਂ ਨੂੰ ਮਿਲਿਆ ਸਾਨੂੰ ਪਤਾ ਲੱਗ ਚੁੱਕਾ ਲੇਕਿਨ ਹੁਣ ਕਿਹਨਾਂ ਨੂੰ ਮਿਲਿਆ ਵੀ ਦੱਸੋ ਮੈਨੂੰ ਸ਼ਾਬਾਸ਼ 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 ਹੁਣ ਕਿ ਇਹਨਾਂ ਨੂੰ ਮਿਲਿਆ ਹੁਣ ਮਿਲਿਆ ਇਹ ਕੌਣ ਨੇ ਆਪਣੇ ਕੋਲੇ ਪਾਈ ਵੀਰ ਸਿੰਘ ਜੀ ਕੌਣ ਨੇ ਜੀ ਕਹਿੰਦੇ ਪਾਈ ਵੀਰ ਸਿੰਘ ਜੀ ਹੁਣ ਜਿਹਨਾਂ ਨੂੰ ਮਿਲਿਆ ਉਹ ਵੀ ਦੱਸੋ ਤੇ ਪਾਈ ਵੀਰ ਸਿੰਘ ਜੀ ਹਿਸ ਪੋਇਟਰੀ ਮੇਰੇ ਸਾਈਆਂ ਜੀਓਲੋਜੀ ਕਿਹੜੀ ਸੀਗੀ ਮੇਰੇ ਸਾਈਆਂ ਜੀਓ ਦੇ ਲਈ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀਗਾ ਹਾਂ ਹੁਣ ਹੈਗਾ ਹੁਸੈਨ ਖਾਲਿਦ ਹੁਸੈਨ ਕਰਕੇ ਹੁਣ ਬੰਦਾ ਜਿਹਨੂੰ ਹੁਣ ਮਿਲਿਆ ਖਾਲਿਦ ਹੁਸੈਨ ਕਰਕੇ ਜਿਨ੍ਹਾਂ 2021 ਵਾਲਾ ਮਿਲਿਆ ਬਟ ਇਹਨਾਂ ਨੂੰ ਕਿਹੜੀ ਪੋਇਟਰੀ ਦੇ ਲਈ ਮਿਲਿਆ ਸੀਗਾ ਮੇਰੇ ਸਾਇਆ ਜੀਓ ਦੇ ਲਈ ਇਹਨਾਂ ਨੂੰ ਮਿਲਿਆ ਸੀਗਾ ਇਹ ਅਵਾਰਡ ਇਹ ਨੋਟ ਕਰ ਲਓ ਬਹੁਤ ਹੀ ਇੰਪੋਰਟੈਂਟ ਹੈ ਜੀ ਕਿਹੜਾ ਮੇਰੇ ਸਾਇਆ ਜੀਓ ਕੁਝ ਇਹਨਾਂ ਦੇ ਫੇਮਸ ਰਾਈਟਿੰਗਸ ਨੇ ਸੁੰਦਰੀ ਹੋ ਗਿਆ ਵਿਜੇ ਸਿੰਘ ਹੋ ਗਿਆ ਸਤਵੰਤ ਕੌਰ ਹੋ ਗਿਆ ਬਾਬਾ ਨੌਧ ਸਿੰਘ ਹੋ ਗਿਆ ਦਿਲ ਤਰੰਗ ਹੋ ਗਿਆ ਤਰੇਲ ਤੁਪਕੇ ਹੋ ਗਿਆ ਮਟਕ ਫੁਲਾਰੇ ਹੋ ਗਿਆ ਇਹ ਕੁਸ਼ਕ ਇਹਨਾਂ ਦੀਆਂ ਰਾਈਟਿੰਗਸ ਨੇ ਭਾਈ ਵੀਰ ਸਿੰਘ ਜੀ ਦੀਆਂ ਕਿਹੜੀਆਂ ਜੀ ਭਾਈ ਵੀਰ ਸਿੰਘ ਜੀ ਦੀਆਂ वधिया लगी इंपोर्टेंट सी ना चलिए अगर फिर लो जी अगे चलते हैं अगला क्वेश्चन द नेक्ड ट्रायंगल इज ऑटोबायोग्राफी ऑफ कड ट्रेंगल वो के केना दी है शाबाश करो आंसर नेक्ड ट्रायंगल ऑटोबायोग्राफी के ना दी है करो जी करो ਇੱਕ ਵਾਰ ਪਿਛਲੇ ਕੁਐਸਚਨ ਦੇ ਲਈ ਥੰਬਸ ਅਪ ਦਾ ਸਾਈਨ ਯਾਰ ਦਿਖਾ ਦਿਓ ਮੈਨੂੰ ਜੇ ਵਧੀਆ ਲੱਗਾ ਪਿਛਲਾ ਕੁਐਸਚਨ ਤੇ ਲਾਈਕ ਕਰ ਦਿਓ ਕਲਾਸ ਨੂੰ ਕਿ ਸਵਾਦ ਆ ਰਿਹਾ ਪੜਨ ਦਾ ਕਿ ਨਹੀਂ ਆ ਰਿਹਾ ਕੁਆਲਿਟੀ ਕੰਟੈਂਟ ਉਹ ਵੀ ਤਰੀਕੇ ਨਾਲ ਪੜਾਉਣਾ ਤੁਹਾਡੇ ਫਦੇ ਸਰ ਕਰਾ ਰਹੇ ਨੇ ਤਾਂ ਇਸ ਗੱਲ ਤੇ ਲਾਈਕ ਤਾਂ ਬਣਦਾ ਹੀ ਬਣਦਾ ਹੈ ਹੈਨਾ ਇੱਕ ਸਾਲ ਤੇ ਲਾਈਕ ਤਾਂ ਬਣਦਾ ਹੀ ਬਣਦਾ ਹੈ ਤੇ ਲੋ ਜੀ ਆਨਸਰ ਕੀ ਹੈ ਸਾਡੇ ਕੋਲੇ ਕਹਿੰਦੇ ਬਲਵੰਤ ਗਾਰਗੀ ਜੀ ਦੀ ਹੈਗੀ ਨੇਕਡ ਟ੍ਰਾਇੰਗਲ ਆਟੋ ਬਾਇਓਗ੍ਰਾਫੀ ਆ ਰਿਹਾ ਬਲਵੰਤ ਗਾਰਗੀ ਜੀ ਆਪਾਂ ਇੱਕ ਕਲਾਸ ਮੈਂ ਕਰਾ ਵੀ ਚੁੱਕਾ ਆਲਰੇਡੀ ਦੁਬਾਰਾ ਫੇਰ ਦੇਖ ਲਓ ਆਨੇ ਸਾਡੇ ਕੋਲੇ ਬਲਵ ਪੇਪਰ 'ਚ ਵੈਸੇ ਹੀ ਕੁਐਸਚਨ ਆ ਜਾਂਦੇ ਹੁੰਦੇ ਨੇ ਕਿ ਹਾਂ ਉਹ ਸ਼ਕਲ ਇਦਾਂ ਦੀ ਸੀਗੀ ਹੈਨਾ ਵੈਸੇ ਕਲੀਅਰ ਹੋ ਜਾਊਗਾ ਲੋ ਜੀ ਹੂ ਇਜ਼ ਨੋਨ ਐਸ ਦਾ ਕੋਇਲ ਆਫ ਪੰਜਾਬ ਅੱਜ ਸਾਰੇ ਕੁਐਸਚਨ ਕਿਤਨੇ ਕਿਤੇ ਕਾਚੋਂ ਆ ਰਹੇ ਨੇ ਦੱਸੋ ਜ਼ਿਆਦਾਤਰ ਕੁਐਸਚਨ ਅੱਜ ਕਿਹੜੇ ਟੌਪਿਕ 'ਚੋਂ ਨੇ ਤੁਸੀਂ ਕਹਿੰਦੇ ਹੋ ਨੇ ਕਿ ਸਰ ਜੀ ਆਰਟ ਐਂਡ ਕਲਚਰ 'ਚੋਂ ਲੈ ਆਓ ਲਿਟਰੇਚਰ 'ਚੋਂ ਲੈ ਆਓ ਆਪਾਂ ਲਿਟਰੇਚਰ 'ਚੋਂ ਲੈ ਆਂਦੇ ਬੱਚੇ ਦੇਖੋ ਜੇ ਸੰਗ ਹੋਣੀ ਚਾਹੀਦੀ ਆਪਾਂ ਨੂੰ ਦੇਖ ਕੇ ਬੱਚੇ 250 ਤੋਂ ਉੱਤੇ ਆ ਥੋੜੇ ਜਿਹਾ ਏਡੀ ਇੰਪੋਰਟੈਂਟ ਜਦੋਂ ਕਲਾਸ ਹੋਵੇ ਬੱਚੇ ਕਿੰਨੇ ਹੋਣੇ ਚਾਹੀਦੇ ਨੇ ਬੱਚੇ ਹੋਣੇ ਚਾਹੀਦੇ ਨੇ ਲਗਭਗ ਲਗਭਗ ਕਿੰਨੇ ਬੱਚੇ ਜਾਣੇ ਚਾਹੀਦੇ ਸੀਗੇ 350 ਤੋਂ ਉੱਤੇ ਜਾਨੀ ਆਪਣਾ 100 ਬੱਚਾ ਕਾਟਾ ਤੇ ਉਹ ਵੀ ਕੀ ਕਰਦੇ ਆ ਬੱਚੇ ਆ ਕੇ ਚਲੇ ਜਾਂਦੇ ਉੱਠ ਕੇ ਚੱਲਦੇ ਆ ਜੀ ਕਹਿੰਦੇ ਬਹੁਤ ਵੱਡ ਲਿਆ ਸਰ ਤੱਕ ਲਈ ਜਾਂਦੇ ਨੇ ਉਹੀ ਬੋਲਦੇ ਰਹਿੰਦੇ ਕਹਿੰਦੇ ਸਰ ਤਾਂ ਪੇਪਰ ਚ ਹੀ ਕਰਕੇ ਆਵਾਂਗੇ ਆਪੇ ਗੱਲ ਯਾਦ ਰੱਖਿਓ ਪੇਪਰ ਪਾਸ ਕਰਨਾ ਆ ਮਿਹਨਤ ਨਾਲ ਹੋਣਾ ਆ ਵੈਸੇ ਨਹੀਂ ਹੋਣਾ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਇਹ ਕਿਹੜੇ ਪੇਪਰ ਚ ਕੁਐਸਚਨ ਆਇਆ ਮੈਨੂੰ ਦੱਸੋ ਕਿਨੂੰ ਪਤਾ ਕਿਹੜੇ ਪੇਪਰ 'ਚ ਇਹ ਕੁਐਸਚਨ ਆਇਆ ਹੋਇਆ ਤੁਸੀਂ ਕੋਈ ਪੇਪਰ ਚੱਕ ਕੇ ਦੇਖ ਲਓ ਇਹ ਉੱਥੇ ਕੁਐਸਚਨ ਮਿਲਣਗੇ ਇਦਾਂ ਦੇ ਉੱਥੇ ਇਦਾਂ ਦੇ ਕੁਐਸਚਨ ਮਿਲਣਗੇ ਇਹੀ ਮਿਲਣਗੇ ਅਕੋਰਡਿੰਗ ਟੂ ਦਾ ਸੈਂਸਸ 2011 ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਅ ਲੋਇਸਟ ਲਿਟਰੇਸੀ ਰੇਟ ਕਹਿੰਦੇ ਕਿਹੜਾ ਇਦਾਂ ਦਾ ਜ਼ਿਲ੍ਹਾ ਆ ਜਿੱਥੇ ਸਭ ਤੋਂ ਘੱਟ ਪੰਜਾਬ ਦੇ ਲੋਕ ਪੜ੍ਹੇ ਲਿਖੇ ਨੇ ਉਹ ਕਿਹੜਾ ਜ਼ਿਲ੍ਹਾ ਜੀ ਮਿਸਪੂਜਾ ਆਪਸ਼ਨ ਸੀਗਾ ਨਾ ਪੇਪਰ ਦੇ ਵਿੱਚ ਹਾਂ ਇਸ ਕੁਸਚਨ ਤਾਂ ਮੈਨੂੰ ਵੀ ਪਤਾ ਯਾ ਇੱਕ ਆਪਸ਼ਨ ਮਿਸਪੂਜਾ ਸੀਗਾ ਤੇ ਬਾਹਲੀ ਜਨਤਾ ਮਿਸਪੂਜਾ ਲਾ ਕੇ ਆਈ ਸੀਗੀ ਲਓ ਜੀ ਸ਼ਾਬਾਸ਼ ਕਰੋ ਫਿਰ ਆਨਸਰ ਕਿਹੜਾ ਹੈ ਕਹਿੰਦੇ ਕਹਿੰਦੇ ਜੀ ਮਾਨਸਾਉ ਜ਼ਿਲ੍ਹਾ ਜਿੱਥੇ ਸਭ ਤੋਂ ਘੱਟ ਲਿਟਰੇਸੀ ਰੇਟ ਸੀ ਘੱਟ ਤੋਂ ਪੜ੍ਹੇ ਲਿਖੇ ਲੋਕਸ ਕਿਹਦੇ ਮਾਨਸੇ ਦੇ ਸਭ ਤੋਂ ਜ਼ਿਆਦਾ ਕਿੱਥੇ ਪੜ੍ਹੇ ਲਿਖੇ ਲੋਕ ਨੇ ਮੈਕਸਿਮਮ ਮੈਕਸਿਮਮ ਕਿੱਥੇ ਆ ਦੱਸੋ ਮੈਨੂੰ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਕਿਹੜੇ ਜ਼ਿਲ੍ਹੇ ਦੀ ਹੈ ਕਿਹੜੇ ਡਿਸਟ੍ਰਿਕਟ ਦੀ ਹੈ ਮੈਕਸਿਮਮ ਤੇ ਅ ਲੜਕੇ ਤੇ ਲੜਕੀਆਂ ਦੀ ਰੇਸ਼ੋ ਠੀਕ ਹੈ ਜੇ ਅਸੀਂ ਲਿੰਗ ਅਨੁਪਾਤ ਕਹਿੰਦੇ ਆ ਲਿੰਗ ਅਨੁਪਾਤ ਜਾਂ ਸੈਕਸ ਰੇਸ਼ੋ ਦੀ ਗੱਲ ਕਰ ਲਈਏ ਕਿੰਨੀ ਹੈ ਪੰਜਾਬ ਦੀ ਅਕੋਰਡਿੰਗ ਟੂ 2011 ਸੈਂਸਸ ਕਿੰਨੀ ਹੈ ਪੰਜਾਬ ਦੀ ਸੈਕਸ ਰੇਸ਼ੋ ਇਹ ਪਹਿਲਾ ਕੁਐਸਚਨ ਆ ਪਹਿਲਾ ਕੁਐਸਚਨ ਵੈਸੇ ਇਹੀ ਬਣ ਗਿਆ ਕਿ ਮੈਕਸਿਮ ਕਿੱਥੇ ਆ ਦੂਜਾ ਕੁਐਸਚਨ ਕਿੱਥੇ ਆ ਸੈਕਸ ਰੇਸ਼ੋ ਸਭ ਤੋਂ ਜ਼ਿਆਦਾ ਪੰਜਾਬ ਦੀ ਤੀਜਾ ਕੁਐਸਚਨ ਚਾਈਲਡ ਸੈਕਸ ਰੇਸ਼ੋ ਮਤਲਬ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਕਿੰਨੀ ਹੈ ਮਤਲਬ ਕਿੰਨੀ ਹੈ ਇਹ ਤੀਜਾ ਕੁਐਸਚਨ ਆ ਇੰਡੀਆ ਦੇ ਆਪਣੇ ਤੇ ਚੌਥਾ ਕੁਐਸਚਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ सेक्स रेशो ਕਿੱਥੇ ਇੰਪਰੂਵਡ ਆ ਤੇ ਪੰਜਾਬ ਦੇ ਸਭ ਤੋਂ ਘੱਟ ਕਿੱਥੇ ਆ ਜੀ ਇਹ 5 4 ਕੁਐਸਚਨ ਹੋ ਚੁੱਕੇ ਨੇ ਸਾਰਿਆਂ ਦੇ ਆਨਸਰ ਕਰ ਦੋ ਮੈਨੂੰ ਸ਼ਾਬਾਸ਼ ਜਲਦੀ ਜਲਦੀ ਹੁਣ ਦੇਖੋ ਮੈਂ ਕੀ ਗਿਆ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਕਿੱਥੇ ਨੇ ਹੁਸ਼ਿਆਰਪੁਰ ਦੇ ਲਿਟਰੇਸੀ ਰੇਟ ਸਭ ਤੋਂ ਜ਼ਿਆਦਾ ਕਿੱਥੋਂ ਦੀ ਆ ਹੁਸ਼ਿਆਰਪੁਰ ਦੀ ਪਹਿਲੇ ਕੁਐਸਚਨ ਦਾ ਆਨਸਰ ਮਿਲ ਗਿਆ ਜਿਨ੍ਹਾਂ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਪਹਿਲਾਂ ਪਤਾ ਪਹਿਲਾਂ ਆਨਸਰ ਕਰਤਾ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਕਰਦੇ ਜਾਓ ਤੇ ਦੂਜੇ ਨੰਬਰ ਤੇ ਕਹਿੰਦੇ ਇੰਡੀਆ ਦੇ ਵਿੱਚ ਲਿੰਗ ਅਨੁਪਾਤ ਕੀ ਆ ਸੈਕਸ ਰੇਸ਼ੋ ਕੀ ਆ ਮੈਂ ਕੀ ਕਹਾ ਸੀਗਾ 107 ਬੰਦੇ ਕੀ ਰਹਿਣਗੇ ਛੜੇ ਰਹਿਣਗੇ ਕਿਹਨੂੰ ਕਿਹਨੂੰ ਯਾਦ ਆ ਹਜ਼ਾਰ ਲੜਕਿਆਂ ਪਿੱਛੇ ਮੈਂ ਕਹਾ ਹਜ਼ਾਰ ਲੜਕਿਆਂ ਪਿੱਛੇ ਕਿੰਨੀਆਂ ਲੜਕੀਆਂ ਨੇ ਮੈਂ ਦੱਸਿਆ ਸੀਗਾ ਹਾਸਾ ਕੇ ਕਿ 107 ਬੰਦੇ ਛੜੇ ਰਹਿਣਗੇ ਕਿਹਨੂੰ ਕਿਹਨੂੰ ਮੇਰੀ ਗੱਲ ਯਾਦ ਆ ਜੇ ਨਹੀਂ ਯਾਦ ਤਾਂ ਯਾਦ ਕਰ ਲਓ ਕਹਿੰਦੇ ਜੀ ਸਭ ਤੋਂ ਤੇ 107 ਮਾਈਨਸ ਕਰ 2000 ਦੇ ਵਿੱਚੋਂ ਕਿੰਨੇ ਬਣ ਗਏ 893 ਮਤਲਬ 1000 ਲੜਕਿਆਂ ਪਿੱਛੇ 893 ਲੜਕੀਆਂ ਨੇ ਤਾਂ 107 ਬੰਦੇ ਕੀ ਰਹਿਣਗੇ ਛੜੇ ਰਹਿਣਗੇ ਹੁਣੇ ਛੜੇ ਕਿਹੜੇ ਰਹਿਣਗੇ ਜਿਹੜੇ ਪੜਨਗੇ ਨਹੀਂ ਜਿਹੜੇ ਹਾਊ ਪਰੇ ਕਰਨਗੇ ਜਿਹੜੇ ਕਲਾਸ ਆ ਕੇ ਬੈਠ ਗਏ 50 ਮਿੰਟਾਂ ਬਾਅਦ ਚਲੇਗਾ ਕਿ ਲੋ ਜੀ ਚੱਲਦੇ ਆਪਾਂ ਪੜਕੇ ਕੀ ਲੈਣਾ ਆ ਕੋਹ ਨਹੀਂ ਰੱਖਿਆ ਇੱਥੇ ਪੜਾਈਆਂ ਪੜੂਆਂ ਜੇ ਆਪਾਂ ਚੱਲਦੇ ਆ ਉਹ ਰਹਿਣਗੇ ਛੜੇ ਹੁਣ ਤੁਸੀਂ ਜਿਹੜੇ ਬੈਠੇ ਹੋ ਦੱਸੋ ਕਿਹਨੇ ਕਿਹਨੇ ਛੜਾ ਰਹਿਣਾ ਸਾਰੇ ਚਾਹੁੰਦੇ ਨਾ ਵਿਆਹ ਹੋਵੇ ਨੌਕਰੀ ਮਿਲੂਗੀ ਫੇਰ ਹੀ ਵਿਆਹ ਹੋਊਗਾ ਤਾਂ ਇਸ ਕਰਕੇ ਛੜੇ ਨਹੀਂ ਰਹਿਣਾ ਨੌਕਰੀ ਲੈਣੀ ਆ ਤਾਂ ਪੜਨਾ ਪੈਣਾ ਬਾਈ ਫਿਰ ਉਹਦੇ ਲਈ ਲ ਆਪਣੇ ਕੋਲ ਆ ਵੀ ਕਲਾਸਾਂ ਚੱਲ ਰਹੀਆਂ ਨੇ ਉਧਰ ਮਹਾਪੈਗ ਤੇ ਡਬਲ ਵੈਲਿਡਿਟੀ ਚੱਲ ਰਹੀ ਹੈ ਜੇ ਉਹਨੇ ਉਹਨਾਂ ਰੋਲ ਕਰਨਾ ਉਧਰ ਆਪਣਾ ਵਰਦਾਨ ਵੇਚ ਆ ਗਿਆ ਆ ਤੁਹਾਡੇ ਲਈ ਪੜਨ ਦੇ ਆਪਸ਼ਨ ਬਹੁਤ ਨੇ ਬਸ ਇਹ ਸੋਚਿਆ ਕਰੋ ਮੋਟੀਵੇਸ਼ਨ ਵੀ ਚਾਹੀਦੀ ਹੈ ਨਾ ਇੱਕ ਇਹ ਵੀ ਮੋਟੀਵੇਸ਼ਨ ਆ ਕਿੰਨੇ ਦੇ ਛੜੇ ਰਹਿਣਾ ਪੈਣਾ ਦੇਖ ਲਓ ਠੀਕ ਆ ਜੀ ਚਲੋ ਤੇ ਉਦੋਂ ਬਾਅਦ 0 ਤੋਂ 6 ਸਾਲ ਵਾਲਾ ਲਿਖੇ ਸੀਗੇ 0 ਤੋਂ 6 ਸਾਲ ਵਾਲੇ 800 46 ਮੈਂ ਕਿਹਾ ਸੀਗਾ 154 ਬੰਦੇ ਛੜੇ ਰਹਿ ਸਕਦੇ ਕਿੰਨੇ 154 846 ਇੱਥੇ ਹੋ ਗਿਆ 0 ਤੋਂ 6 ਵਾਲੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿੱਥੇ ਨੇ ਹੁਸ਼ਿਆਰਪੁਰ ਦੇ ਵਿੱਚ ਲੜਕੀਆਂ ਪਿੱਛੇ ਲੜਕੀਆਂ ਕਿੱਥੇ ਨੇ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਘੱਟ ਕਿੱਥੇ ਨੇ ਬਠਿੰਡੇ ਵਿੱਚ ਲਓ ਜੀ ਇੰਨੇ ਕੁਐਸਚਨ ਆਪਾਂ ਇੱਕ ਕੁਐਸਚਨ ਤੋਂ ਕਰ ਲੈਨੇ ਜੇ ਮੈਂ ਗਿਣਾ 1 2 3 4 5 6 6 ਐਮਸੀਕਿਊਜ਼ ਆਪਾਂ ਮਤਲਬ ਕਰ ਲਏ ਨੇ 6 ਐਕਸਟਰਾ ਕਰ ਲਏ ਨੇ ਦੱਸੋ ਕਿਹਨੂ ਕਿਹਨੂ ਇਹ ਆ ਵਾਲੀ ਇਨਫੋਰਮੇਸ਼ਨ ਪਹਿਲਾਂ ਨਹੀਂ ਸੀ ਪਤਾ ਜਿਹਨੂੰ ਹੁਣ ਪਹਿਲੀ ਵਾਰ ਪਤਾ ਲੱਗੀ ਆ ਤੇ ਇਸ ਖੁਸ਼ੀ 'ਚ ਇੱਕ ਵਾਰ ਲਾਈਕ ਜ਼ਰੂਰ ਬਣਦਾ ਕਿਉਂਕਿ ਆਪਾਂ 300 ਪਾਰ ਜਾਣਾ ਅੱਧਾ ਘੰਟਾ ਹੋਊਗਾ ਕਲਾਸ ਸ਼ੁਰੂ ਹੋਈ ਨੂੰ ਹੋਰ ਜੇ ਵੀ ਆਪਾਂ 300 ਪਾਰ ਨਹੀਂ ਗਿਆ ਆਪਾਂ ਨੇੜੇ-ਤੇੜੇ ਫਿਰਦੇ ਆ 300 ਦੇ ਇਹ ਕੋਈ ਗਲਤ ਨਹੀਂ ਸੱਜਣਾ ਤੁਹਾਡੀ ਡਿਊਟੀ ਪਤਾ ਕੀ ਆ ਤੁਸੀਂ ਆਉਂਦਿਆਂ ਨੇ ਕਲਾਸ ਸ਼ੇਅਰ ਕਰਨੀ ਹੁੰਦੀ ਆ ਤੇ ਤੁਸੀਂ ਉਹ ਡਿਊਟੀ ਨੂੰ ਪਰਫਾਰਮ ਨਹੀਂ ਕਰਦੇ ਸੱਚੀ ਦਿਲ ਤੇ ਹੱਥ ਰੱਖ ਕੇ ਦੱਸਿਓ ਕਿਹਨੇ-ਕਿਹਨੇ ਅੱਜ ਵਾਲੀ ਕਲਾਸ ਸ਼ੇਅਰ ਕੀਤੀ ਆ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਸਰ ਹਾਂਜੀ ਅਸੀਂ ਕਰਤੀ ਸ਼ੇਅਰ ਦੱਸੋ ਮੈਨੂੰ ਜਲਦੀ-ਜਲਦੀ ਖਾਸ ਕਰ ਉਹ ਬੱਚੇ ਜਿਹੜੇ ਕਹਿੰਦੇ ਕਿ ਸਰ ਫਤਿਹ ਸਾਣਾ ਸਾਡਾ ਬਹੁਤ ਪਿਆਰਾ ਫਤੇ ਸਾਹਿਬ ਤੋਂ ਪੜ੍ਹ ਕੇ ਬੜਾ ਮਜ਼ਾ ਆਉਂਦਾ ਸਾਨੂੰ ਖੁਸ਼ੀ ਬਹੁਤ ਹੁੰਦੀ ਆ ਉਹ ਬਹੁਤ ਵਧੀਆ ਗਾਈਡ ਕਰ ਦਿੰਦੇ ਨੇ ਵਧੀਆ ਜਿਵੇਂ ਆਪਾਂ ਨੇ ਪਰਿਵਾਰ ਵਾਂਗੂ ਪੜਾ ਦਿੱਦਾ ਆ ਕਹਿੰਦੇ ਜੀ ਸੰਤਾ ਜੀ ਲੱਗਦਾ ਵੱਡੇ ਭਰਾ ਤੋਂ ਪੜ੍ਹ ਰਹੇ ਹੁੰਨੇ ਆ ਕਈ ਬੱਚੇ ਆ ਕਹਿੰਦੇ ਆ ਤੇ ਤੁਸੀਂ ਦੱਸੋ ਤੁਸੀਂ ਆਪਦਾ ਕੀ ਕਹਿੰਦੇ ਡਿਊਟੀ ਨਿਭਾਤੀ ਕਿ ਨਹੀਂ ਨਿਭਾਤੀ ਫਿਰ ਜੇ ਨਹੀਂ ਨਿਭਾਈ ਤਾਂ ਫਿਰ ਇਹ ਕੋਈ ਗਲਤ ਨਹੀਂ ਸੱਜਣਾ ਹੈ ਚੁੱਪਾ ਮਸਲੇ ਦਾ ਹਾਲਤ ਨਹੀਂ ਸੱਜਣਾ ਠੀਕ ਆ ਜੀ ਜ਼ਰੂਰ ਕਰਿਆ ਕਰੋ ਸ਼ੇਅਰ ਅਗਲੇ ਕੁਐਸਚਨ ਤੇ ਹੁਣ ਆਪਾਂ ਲੋ ਜੀ ਪੰਜਾਬ ਮਾਨਸਾ ਦੇਖ ਲੈਨੇ ਕਿੱਥੇ ਆ ਕਿਉਂਕਿ ਮਾਨਸਾ ਦੀ ਗੱਲ ਚੱਲੀ ਸੀਗੀ ਆਹ ਰਿਹਾ ਮਾਨਸਾ ਹਾਲਾਂਕਿ ਮਾਨਸਾ ਕਹਿ ਹੀ ਦਿੰਦੇ ਘੱਟ ਪੜਿਆ ਲਿਖਿਆ ਦਾ ਲੇਕਿਨ ਮੈਨੂੰ ਲੱਗਦਾ ਜਿੰਨਾ ਇੱਥੋਂ ਬੰਦੇ ਨੇ ਨਾ ਫੇਮਸ ਕਰ ਦਿੱਤਾ ਆ ਹੋਰ ਕਿਸੇ ਦਾ ਹੋਣਾ ਨਹੀਂਗਾ ਉਹ ਪਿੰਡ ਕਿਹੜਾ ਮੂਸੇ ਵਾਲਾ ਪਿੰਡ ਕਹਿੰਦੇ ਆ ਤੇ ਚੋਬਰ ਨੇ ਪੂਰੀ ਦੁਨੀਆ 'ਚ ਨਾਮ ਸ਼ੁਰੂ ਕਰਤਾ ਆਪ ਚਾਹੇ ਦੁਨੀਆ ਤੇ ਹੈਗਾ ਨਹੀਂ ਹੈਗਾ ਪਰ ਉਹਦਾ ਨਾਮ ਤੇ ਉਹਦੇ ਜ਼ਿਲ੍ਹੇ ਦਾ ਨਾਮ ਤੇ ਉਹਦੇ ਪਿੰਡ ਦਾ ਨਾਮ ਸਦਾ ਦੁਨੀਆ ਤੇ ਕੈਮ ਰਹੂਗਾ ਇਹ ਆ ਜੀ ਮੂਸੇ ਵਾਲਾ ਚਲੋ ਅਗਲਾ ਕੁਐਸਚ ਇਨ ਵਿੱਚ ਇਅਰ ਅੰਮ੍ਰਿਤਸਰ ਸਿਟੀ ਵਾਸ ਫਾਊਂਡਡ ਕਹਿੰਦੇ ਕਿਹੜੇ ਸਾਲ ਦੇ ਵਿੱਚ ਅੰਮ੍ਰਿਤਸਰ ਸਿਟੀ ਨੂੰ ਫਾਊਂਡ ਕੀਤਾ ਗਿਆ ਸੀਗਾ ਡਾਇਲੌਗਸ ਇਰਾ ਮਨੋਜ ਇੱਕ ਬੱਚਾ ਕਹਿੰਦਾ ਸਰ ਜੀ ਇੱਕ ਵਿਆਹ ਸੀ ਸਾਡੇ ਕਹਿੰਦਾ ਨੇੜੇ ਉੱਥੇ ਚੱਲ ਰਿਹਾ ਏ ਡਾਇਲੌਗ ਇਹ ਕੋਈ ਗਲਤ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸੱਜਣਾ ਕਹਿੰਦੇ ਵਿਆਹ ਚੱਲ ਰਿਹਾ ਸੀਗਾ ਡਾਇਲੌਗ ਮੈਂ ਕਹਾ ਸਹੀ ਹੈ ਇਹ ਵੀ ਗੱਲ ਆ ਲੌਜੀਕ ਕਰੋ ਇਸ ਕੁਐਸਚਨ ਦਾ ਆਨਸਰ ਮੇਬੀ ਸ਼ਾਇਦ ਇੱਥੇ ਵੀ ਕੋਈ ਸਟੂਡੈਂਟ ਹੋਵੇ ਆਪਣੇ ਕੋਲੇ ਮੇਰੇ ਕੋ ਪੇਡ ਚ ਸੀਗਾ ਕਹਿੰਦਾ ਜੀ ਵਿਆਹ ਹੀ ਰਾਤੀ ਸੁਣਿਆ ਉਹ ਲੱਗੇ ਹੋਏ ਸਪੀਕਰਾਂ ਦੇ ਬੋਲਣੇ ਤੁਹਾਡੇ ਵਾਲਾ ਡਾਇਲੋਗ ਹੈ ਕੋਈ ਗੱਲ ਤਾਂ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸੱਜਣਾ ਮੈਂ ਕਹਾ ਠੀਕ ਆ ਜੀ ਲੌਜੀਕ ਕਿਹੜਾ ਆਨਸਰ ਆ ਆ ਦੇਖੋ ਇਹ ਕੰਪਿਊਟਰ ਮੁੰਡਾ ਪਾਗਲ ਹੋ ਗਿਆ ਅੱਜ ਇਹਨੂੰ ਵੀ ਕਹਿਣ ਵਾਲਾ ਹੈ ਕੋਈ ਗੱਲ ਤਾਂ ਨਹੀਂ ਸੱਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸਜਣਾ ਗਲਤ ਆਨਸਰ ਕਰਨੇ ਮਸਲੇ ਦਾ ਹਾਲਤ ਨਹੀਂ ਹੈਗਾ ਤੇਰਾ ਭਾਈ ਤੂੰ ਕਿਉਂ ਸਾਨੂੰ ਗਲਤ ਗਲਤ ਆਨਸਰ ਦਿਖਾ ਰਿਹਾ ਆ ਆਨਸਰ ਕੀ ਆਪਸ਼ਨ ਨੰਬਰ ਡੀ 1774 ਦੇ ਵਿੱਚ ਕਿਹੜੇ ਗੁਰੂ ਜੀ ਨੇ ਇਸ ਸਿਟੀ ਨੂੰ ਸਟਾਰਟ ਕੀਤਾ ਸੀ ਪਹਿਲੀ ਗੱਲ ਕਹਿੰਦੇ ਇਸ ਸਿਟੀ ਦੇ ਲਈ ਲੈਂਡ ਕਿਹਨੇ ਡੋਨੇਟ ਕੀਤੀ ਸੀਗੀ ਦੂਜੀ ਗੱਲ ਤੇ ਉਹ ਲੈਂਡ ਕਿਹਨਾਂ ਨੂੰ ਦਿੱਤੀ ਗਈ ਸੀਗੀ ਤੀਜੀ ਗੱਲ ਦੱਸ ਦਿਓ ਕਰੋ 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 ਸ਼ਾਬਾਸ਼ 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 300 ਤਾਂ ਜਿਵੇਂ ਕਹਿੰਦਾ ਮੌਸੇ ਟੱਕਰ ਕੇ ਵਾਪਸ ਆ ਜਾਂਦੇ 300 ਨੰਬਰ ਆਇਆ ਟੱਕਰ ਕੇ ਫਿਰ ਵਾਪਸ ਫਿਰ 295 96 97 ਨੰਨੇ ਫਿਰ 300 ਬਾਰ ਫਿਰ 295 96 97 ਨੰਨੇ ਇਹ ਵੀ ਕੋਈ ਗੱਲ ਨਹੀਂ ਵੈਸੇ ਹੈ ਇਹ ਵੀ ਕੋਈ ਗੱਲ ਨਹੀਂ ਹੈ ਕਿ ਚਲੋ ਕੋਈ ਨਹੀਂ ਕਹਿੰਦੇ ਗੁਰੂ ਰਾਮਦਾਸ ਜੀ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਿਟੀ ਸਟਾਰਟ ਕੀਤੀ ਸੀ ਕਿ ਵਸਾਈ ਸੀਗੀ ਲੈਂਡ ਅਕਬਰ ਨੇ ਦਿੱਤੀ ਸੀਗੀ ਅਕਬਰ ਰਾਜੇ ਨੇ ਜਦੋਂ ਅਕਬਰ ਰਾਜਾ ਤੀਜੇ ਗੁਰੂ ਜੀ ਦੇ ਕੋਲੇ ਲੰਗਰ ਛਕਣ ਆਇਆ ਸੀਗਾ ਤੇ ਲੰਗਰ ਛਕ ਕੇ ਇੰਨਾ ਖੁਸ਼ ਹੋਇਆ ਉਹ ਜ਼ਮੀਨ ਦੇ ਕੇ ਗਿਆ ਸੀਗਾ ਤੇ ਉਹ ਜ਼ਮੀਨ ਬੀਬੀ ਭਾਨੀ ਜੀ ਨੂੰ ਦਿੱਤੀ ਗਈ ਸੀ ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹ ਜ਼ਮੀਨ ਲੈਣ ਤੋਂ ਮਨਾ ਕਰ ਦਿੱਤਾ ਸੀਗਾ ਤੇ ਉਹ ਜ਼ਮੀਨ ਬੀਬੀ ਭਾਨੀ ਜੀ ਨੂੰ ਦਿੱਤੀ ਗਈ ਸੀਗੀ ਤੇ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਸੀਗਾ ਜਿਹੜੇ ਮੁੜ ਕੇ ਸ੍ਰੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣਦੇ ਨੇ ਚੌਥੀ ਪਾਸ਼ਾਹੀ ਤੇ ਉਹ ਮੁੜ ਕੇ ਇੱਥੇ ਆਉਂਦੇ ਨੇ 52 ਆਪਣੇ ਨਾਲ ਮੈਂ ਦਿਖਾਉਣਾ ਕਿੰਨੇ ਆਏ ਸੀਗੇ ਟਰੇਡਰ ਪਹਿਲਾਂ ਦੇਖ ਲਓ ਸਿਟੀ ਆ ਪੁਰਾਣਾ ਗੇਟ ਆ ਜਿੱਥ ਪਹਿਲਾਂ ਇਦਾਂ ਵੱਡੇ ਵੱਡੇ ਗੇਟ ਬਣਦੇ ਸੀਗੇ ਕਿਉਂਕਿ ਇੱਥੇ ਸੁਰੱਖਿਆ ਵੀ ਕਰਨੀ ਹੁੰਦੀ ਸੀਗੀ ਹੁਣ ਆ ਵੀ ਕਾਫੀ ਕੁਝ ਬਣ ਚੁੱਕਾ ਉਹ ਸਿਟੀ ਦੇ ਵਿੱਚ ਬੜੀ ਡਿਵੈਲਪ ਹੋ ਚੁੱਕੀ ਹੈ ਅਮਰੀਕਾ ਸਬ ਸਿਟੀ ਤੇ ਉਦੋਂ ਕਹਿੰਦੇ ਕੌਣ ਸੀਗੇ ਨਾਲ ਜੀ ਕਹਿੰਦੇ ਸਿਟੀ ਸ੍ਰੀ ਗੁਰੂ ਰਾਮਦਾਸ ਜੀ ਨੇ ਫਾਊਂਡ ਕੀਤੀ ਸੀਗੀ 1574 ਦੇ ਵਿੱਚ ਠੀਕ ਆ ਤੇ ਨਾਲ ਆਪਦੇ ਦੇਖੋ 52 ਟਰੇਡਰ ਲੈ ਗਏ ਸੀਗੇ ਇਨਵਾਈਟ ਕੀਤੇ ਸੀਗੇ 52 ਟਰੇਡਰਾਂ ਨੂੰ ਜਿਹੜੇ ਕਿ ਟਰੇਡਰ ਦਾ ਮਤਲਬ ਜਿਹੜੇ ਬਿਜ਼ਨਸ ਕਰਦੇ ਹੁੰਦੇ ਨੇ ਕਿਉਂਕਿ ਸ਼ਹਿਰ ਲੋਕਾਂ ਤੇ ਬਿਜ਼ਨਸ ਨਾਲ ਹੀ ਬਣੂਗਾ ਜਦੋਂ ਉੱਥੇ ਆ ਕੇ ਲੋਕ ਰਹਿਣਗੇ ਬਿਜ਼ਨਸ ਹੋ ओके okay, चलो आगे चलਦੇ ਆ ਲੋ ਜੀ ਨੈਕਸਟ ਹੈਗਾ ਹੋਲਾ ਮੱਲਾ ਫੈਸਟੀਵਲ ਇਜ਼ सेलिब्रेटेड ਐਟ ਹੋਲਾ ਮੱਹੱਲਾ ਜਿਹੜਾ ਆ ਉਹ सेलिब्रेटेड ਕਿੱਥੇ ਕੀਤਾ ਜਾਂਦਾ ਕਿੱਥੇ ਮਨਾਇਆ ਜਾਂਦਾ ਹੈ ਜੀ ਤਿਹਾਰ ਸ਼ਾਬਾਸ਼ ਕਿਹੜਾ ਮਜ਼ਾਕ ਕਰੀ ਜਾਂਦਾ ਕੀ ਕਹਿੰਦੇ 25 25 50 ਇਦੋਂ ਵਧੀਆ ਕਲਾਸ ਲੱਭ ਕੇ ਦਿਖਾ ਠੀਕ ਆ ਜੀ ਸਹੀ ਆ ਜੀ ਸਹੀ ਆ ਕਰੋ ਜੀ ਕਰੋ ਆਨਸਰ ਸ਼ਾਬਾਸ਼ ਕਿੱਥੇ ਮਿਲਿਆ ਜਾਂਦਾ ਹੋਲਾ ਮੱਲਾ ਲੈ ਨੂੰ ਬੰਦਾ ਪੁੱਛੇ ਤਾਂ ਨਹੀਂ ਕਲੋਨੀ ਕੱਟੀ ਜਾਣੀ ਜੇ ਸਾਨੂੰ ਆਨਸਰ ਕਰਦਾ ਜਾਈ ਯਾਰ ਦਿਲੇ ਤੋੜਦਾ ਤੂੰ ਸਾ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਆਨਸਰ ਅਨੰਦਪੁਰ ਸਾਹਿਬ ਬਿਲਕੁਲ ਸਹੀ ਹੈ ਆਪਸ਼ਨ ਨੰਬਰ ਡੀ ਕੰਪਿਊਟਰ ਇਹਦਾ ਵੀ ਇਹਦਾ ਤੀਰ ਜਮੈਂ ਠੀਕ ਕਰਾਉਣਾ ਪਹਿਲਾਂ ਤਾਂ ਮੇਰੇ ਉਹਦੀ ਲਾਈਨ ਮੈਂ .g ਲੱਗਦੀ ਹੈ ਤੇ ਲੈ ਜਾਣਾ ਪੈਣਾ ਇਹਨੂੰ ਠੀਕ ਕਰਾਉਣਾ ਲੋ ਜਦੋਂ ਹੋਰਨੇਬਲ ਦੀ ਗੱਲ ਚੱਲਦੀ ਆ ਤਾਂ ਆ ਦ੍ਰਿਸ਼ ਤੁਸੀਂ ਬਹੁਤ ਹੀ ਦੇਖਿਆ ਹੋਊਗਾ ਤੇ ਖੁਸ਼ੀ ਬੜੀ ਦਿੰਦਾ ਹੋਲੇ ਮਲੇ ਨਾਨਪੁਰ ਸਾਹਿਬ ਜਾਨੇ ਆਪਾਂ ਹਾਂਜੀ ਪੀ 3 ਪਲੱਸ ਸੀ ਦਾ ਪੇਪਰ ਪੋਸਟਪੋਨ ਹੋ ਚੁੱਕਾ ਹੈ ਤੇ ਮੈਂ ਇਸ ਚੀਜ਼ ਨੂੰ ਸਟਾਰਟਿੰਗ ਵਿੱਚ ਹੀ ਕਲਾਸ ਦੱਸ ਦਿੱਤਾ ਸੀਗਾ ਠੀਕ ਆ ਲੋ ਜੀ ਤੇ ਆ ਆਪਣੇ ਕੋਲ ਹੈਗੇ ਨੇ ਆ ਵੀ ਦ੍ਰਿਸ਼ਾਂ ਨੂੰ ਦੇਖਣ ਨੂੰ ਮਿਲਦਾ ਹੈ ਚਾਹ ਵੀ ਆਈ ਆਪਾਂ ਤੇਜ਼ੀ ਨਾਲ ਠੀਕ ਆ ਫੈਕੂ ਕਿਲਾ ਦਿਓ ਕਹਿੰਦੇ ਵਸਾਈ ਹੋਰ ਸਲਾਹ ਦੇ ਦੋ ਕਿਸ ਨੇ ਪਾਣੀ ਪਿਆ ਦਿਓ ਕਹਿੰਦੇ ਸਹੀ ਆ ਜੀ ਭੁੱਖ ਲੱਗੀ ਹੈ ਕੰਪਿਊਟਰ ਨੂੰ ਆਵਾਜ਼ ਆਈ ਭੁੱਖ ਤਾਂ ਮੈਨੂੰ ਵੀ ਲਾਈਕਾਂ ਦੀ ਲੱਗੀ ਹੋ ਤੁਸੀਂ ਅਜੇ ਤੱਕ ਭੁੱਖ ਨਹੀਂ ਲਾਈਕ ਨਹੀਂ ਪੂਰੇ ਕੀਤੇ 300 ਲਾਈਕ ਦਾ ਕਰੋ 300 ਲਾਈਕ ਕਰੋ ਚਲੋ ਜੀ ਅਗਲਾ ਕੁਐਸਚਨ ਹੈਗਾ ਆਪਣੇ ਕੋਲੇ ਵੈਨ ਵਾਸ ਐਸਜੀਪੀਸੀ ਐਸਟੈਬਲਿਸ਼ਡ ਇਨ ਪੰਜਾਬ ਸਭ ਤੋਂ ਪਹਿਲਾਂ ਤਾਂ ਮੈਨੂੰ ਐਸਜੀਪੀਸੀ ਦੀ ਫੁੱਲ ਫਾਰਮ ਲਿਖ ਕੇ ਦੋ ਫਿਰ ਆਪਾਂ ਸਾਲ ਵੀ ਦੇ ਦਿਆਂ ਇਹਦੀ ਫੁੱਲ ਫਾਰਮ ਕੀ ਆ ਕੰਮ ਕੀ ਸੀ ਇਹਦਾ ਵਰਕ ਕੀ ਸੀ ਗਐਸਜੀਪੀਸੀ ਦਾ ਤੇ ਤੀਜੇ ਨੰਬਰ ਦੀ ਜਿਹੜੀ ਅਕਾਲੀ ਦਲ ਅਕਾਲੀ ਦਲ ਪਾਰਟੀ ਆ ਉਹਦੇ ਤੇ ਐਸਜੀਪੀਸੀ ਚ ਕੀ ਡਿਫਰੈਂਸ ਹੈ ਤਿੰਨ ਕੁਐਸਚਨ ਨੇ ਤਿੰਨਾਂ ਦੇ ਆਨਸਰ ਮੈਨੂੰ ਦਬੋ ਜੀ ਚਲੋ ਤੀਜਾ ਥੋੜਾ ਲੈਂਥੀ ਹੋ ਜਾਣਾ ਆ ਲੇਕਿਨ ਪਹਿਲਿਆਂ ਦੋ ਦੇ ਆਨਸਰ ਜ਼ਰੂਰ ਦਬੋ ਤੇ ਆਨਸਰ ਕੀ ਸਾਡੇ ਕੋਲ ਕਹਿੰਦੇ 1920 ਦੇ ਵਿੱਚ ਸ਼ਾਬਾਸ਼ ਕਿੰਨਾ ਆਨਸਰ ਹੈ 1920 ਦੇ ਵਿੱਚ ਤੇ ਫੁੱਲ ਫਾਰਮ ਕੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕੌਣ ਦੇਖਣਗੇ ਇਹ ਹੀ ਦੇਖਣਗੇ ਕਾਰਨ ਇਸ ਬਣਨ ਦਾ ਕੀ ਸੀਗਾ ਉਸ ਟਾਈਮ ਤੇ ਮਹੰਤ ਹੁੰਦੇ ਸੀਗੇ ਜਿਹੜੇ ਗੁਰਦੁਆਰਾਂ ਦੇ ਕਾਬਿਲ ਸੀਗੇ ਤੇ ਉਹਨਾਂ ਮਹੰਤਾਂ ਨੇ ਗੁਰੂ ਘਰਾਂ ਵਿੱਚ ਰਹਿ ਕੇ ਇੰਨੀ ਬੇਅਦਵੀ ਕੀਤੀ ਹੋਈ ਸੀਗੀ ਉਹਨਾਂ ਨੇ ਗੁਰੂ ਘਰਾਂ ਨੂੰ ਇਨਸਲਟ ਕਰਨਾ ਸ਼ੁਰੂ ਕੀਤਾ ਸੀਗਾ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਸੀਗੇ ਸਿੱਧੇ ਤੱਕਾਂ ਨੂੰ ਪੁੱਠੇ ਕੰਮ ਕਰਦੇ ਸੀਗੇ ਤੇ ਜਿੰਨੀ ਵੀ ਕਮਾਈ ਆਉਂਦੀ ਸੀਗੀ ਉਹ ਸਾਰੀ ਆਪਣੀਆਂ ਜੇਬਾਂ ਵਿੱਚ ਪਾਉਂਦੇ ਸੀਗੇ ਸੰਗਤ ਦੇ ਫਾਇਦੇ ਲਈ ਕੋਈ ਵੀ ਪੈਸਾ ਨਹੀਂ ਸੀ ਲੱਗਦਾ ਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਮੇਟੀ ਬਣੀ ਸੀਗੀ ਉਹਨਾਂ ਨੇ ਫਿਰ ਜਿਹੜੇ ਉਹ ਮਹੰਤ ਸੀਗੇ ਉਹਨਾਂ ਨੂੰ ਗੁਰਦੁਆਰਿਆਂ ਵਿੱਚੋਂ ਕਢਾਇਆ ਉਹਨਾਂ ਨੂੰ ਕੱਢਿਆ ਤੇ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਪੂਰਾ ਦਾ ਪੂਰਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਇਹ ਇੱਕ ਕਮੇਟੀ ਨੂੰ ਦਿੱਤਾ ਜਾਵੇ ਜਿਹੜੇ ਕਿ ਡੈਮੋਕਰੈਟਿਕਲੀ ਇਲੈਕਟਡ ਹੋਊਗੀ 1920 ਦੇ ਵਿੱਚ ਫਰਸਟ ਮੀਟਿੰਗ ਹੁੰਦੀ ਆ 1921 ਦੇ ਵਿੱਚ ਇਸ ਕਮੇਟੀ ਨੂੰ ਸਰਕਾਰੀ ਪਦਰਤ ਰਿਕੋਗਨਾਈਜ਼ ਕੀਤਾ ਜਾਂਦਾ ਮਤਲਬ ਰਜਿਸਟਰ ਕੀਤੀ ਜਾਂਦੀ ਹੈ ਤੇ 1925 ਦੇ ਵਿੱਚ ਇੱਕ ਐਕਟ ਆਉਂਦਾ ਆ ਉਸ ਐਕਟ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੇ ਵੀ ਗੁਰੂ ਘਰ ਹੋਣਗੇ ਜਿੰਨੇ ਗੁਰਦੁਆਰਾ ਸਾਹਿਬ ਹੋਣਗੇ ਉਹ ਸਾਰੇ ਸਾਰੇ ਮੈਨੇਜ ਕੀਤੇ ਜਾਣਗੇ ਇਸ ਐਸਜੀਪੀਸੀ ਦੇ ਦੁਆਰਾ ਇਟ ਮੀਨਸ ਐਸਜੀਪੀਸੀ ਨੂੰ ਰਾਈਟ ਕਿੱਥੋਂ ਮਿਲਦੇ ਨੇ ਉਸ ਐਕਟ ਦੇ ਦੁਆਰਾ ਜਿਹੜਾ ਕਿ 1925 ਵਿੱਚ ਬਣਿਆ ਸੀਗਾ ਅਲੱਗ-ਅਲੱਗ ਗੁਰਦੁਆਰਾ ਸਾਹਿਬ ਬਹੁਤ سارے ਗੁਰਦੁਆਰਾ ਦੇ ਲਈ ਇਹਨਾਂ ਨੇ ਸੰਘਰਸ਼ ਕੀਤਾ ਸੀਗਾ ਤੇ ਕਾਫੀ ਸ਼ਹੀਦیاں ਵੀ ਹੋਈਆਂ ਸੀਗੀਆਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਲਈ ਉਦੋਂ ਹੀ ਅਕਾਲੀ ਦਲ ਪਾਰਟੀ ਵੀ ਨਿਕਲ ਕੇ ਆਉਂਦੀ ਇੱਕ ਪੋਲੀਟੀਕਲ ਪਾਰਟੀ ਸੀਗੀ ਜਿਨ੍ਹਾਂ ਨੇ ਇਸ ਮੁਹਿਮ ਇਸ ਕਮੇਟੀ ਦਾ ਬਹੁਤ ਕਹਿੰਦੇ ਉਦੋਂ ਸਾਥ ਦਿੱਤਾ ਸੀਗਾ ਤਾਂ ਕਿ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਜਾਵੇ ਉਦੋਂ ਇਹਨਾਂ ਦਾ ਰੋਲ ਵਧੀਆ ਸੀਗਾ ਜਿਵੇਂ ਜਿਵੇਂ ਟਾਈਮ ਟੱਪਦਾ ਗਿਆ ਨਵੇਂ-ਨਵੇਂ ਬੰਦੇ ਆਉਂਦੇ ਗਏ ਤੇ ਆਪਾਂ ਨੂੰ ਪਤਾ ਰੋਲ ਜਿਹੜਾ ਇਹਨਾਂ ਦਾ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕੀ ਹਾਲ ਅਕਾਲੀ ਦਲ ਦਾ ਤੇ ਐਸਜੀਪੀਸੀ ਦਾ ਹਾਲਾਂਕਿ ਹੁਣ ਇਹਦਾ ਚਾਹੀਦਾ ਸੀ ਕਿ ਐਸਜੀਪੀਸੀ ਜ਼ਿਆਦਾ ਪਾਵਰਫੁਲ ਹੋਣੀ ਚਾਹੀਦੀ ਸੀਗੀ ਤੇ ਅਕਾਲੀ ਦਲ ਪਾਰਟੀ ਘੱਟ ਪਾਵਰਫੁਲ ਹੁੰਦੀ ਕਿਉਂਕਿ ਧਰਮ ਹਮੇਸ਼ਾ ਪੋਲਿਟਿਕਸ ਤੋਂ ਵੱਡਾ ਹੁੰਦਾ ਬਟ ਆਪਣੇ ਤੁਹਾਨੂੰ ਪਤਾ ਹੈ ਉਲਟਾ ਕੰਮ ਚੱਲ ਰਿਹਾ ਆ ਕੀ ਕੰਮ ਹੈ ਤੁਹਾਨੂੰ ਸਿਆਣਿਆਂ ਨੂੰ ਸਾਰੇ ਜਾਣੇ ਤੁਹਾਨੂੰ ਪਤਾ ਹੀ ਹੈ ਜੀ ਠੀਕ ਹੈ ਚਲਿਏ ਅੱਗੇ ਕਲੀਅਰ ਆ ਜੀ ਡਨ ਚਲਿਏ ਅੱਗੇ ਚਲੋ ਅੱਗੇ ਚੱਲਦੇ ਆ ਅਗਲਾ ਕੁਐਸਚਨ ਆਪਣੇ ਕੋਲੇ ਵਿਚ ਇਜ਼ ਦਾ ਲਾਰਜੈਸਟ ਗ੍ਰੇਨ ਮਾਰਕੀਟ ਆਫ ਪੰਜਾਬ ਪੰਜਾਬ ਦੀ ਸਭ ਤੋਂ ਵੱਡੀ ਗ੍ਰੇਨ ਮਾਰਕੀਟ ਕਿਹੜੀ ਹੈ ਸ਼ਾਬਾਸ਼ ਸ਼ਾਬਾਸ਼ ਉਹ ਤੁਸੀਂ ਨਾ ਨਾ ਵਾਲੇ ਲਿਖਿਆ ਕਰੋ ਸਮਝ ਤੁਸੀਂ ਗਈ ਹੋ ਹੈ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਥੋੜੀ ਇੱਥੇ ਸਮਝਣ ਵਾਲੀ ਇੱਕ ਸਮਝਣ ਵਾਲੀ ਗੱਲ ਤੋਂ ਸਟੋਰੀ ਆ ਗਈ ਮੇਰੇ ਯਾਦ ਇੱਕ ਹੈ ਨਾ ਦੁਕਾਨਦਾਰ ਹੁੰਦਾ ਉਹਨੇ ਤੋਤਾ ਰੱਖਿਆ ਹੁੰਦਾ ਦੁਕਾਨ ਤੇ ਤੇ ਇੱਕ ਬੰਦਾ ਉਹਦੀ ਦੁਕਾਨ ਮੋੜ ਦੀ ਜਿੰਮੇ ਲੰਘਦਾ ਰੋਜ਼ ਤੇ ਉਹ ਤੋਤਾ ਨੂੰ ਗਾਲਾਂ ਕੱਢਿਆ ਕਰਿਆ ਹੁਣ ਸਮਝ ਗਏ ਤੁਸੀਂ ਗਾਲਾਂ ਕਿਹੜੀਆਂ ਗੰਨੀਆਂ ਗੰਨੀਆਂ ਗਾਲਾਂ ਕੱਢਿਆ ਕਰੇ ਉਹਨੂੰ ਕੋਈ ਨਾ ਤੇ ਉਹ ਸ਼ਿਕਾਇਤ ਆ ਕੇ ਕਰਿਆ ਕਰੇ ਕਹਿੰਦਾ ਯਾਰ ਤੇਰਾ ਤੋਤਾ ਮੈਨੂੰ ਗਾਲਾਂ ਕਰਦਾ ਦੁਕਾਨਦਾਰਾ ਉਹਨੇ ਤੋਤਾ ਦੋ ਕਰ ਕੁੱਟਿਆ ਰੋਜ਼ ਹੀ ਕੁੱਟਣਾ ਤੋ ਬੰਦਾ ਵੀ ਬੜਾ ਆਕਿਆ ਕਹਿੰਦਾ ਰੋਜ਼ ਹੀ ਗਾਲਾਂ ਕੱਢਦਾ ਹੈ ਉਹਨੇ ਪੰਚਾਇਤ 'ਚ ਜਾ ਕੇ ਸ਼ਿਕਾਇਤ ਕਰਤੀ ਇੱਕ ਦਿਨ ਪੰਚਾਇਤ ਇਕੱਠੀ ਹੋਈ ਤੇ ਪੰਚਾਇਤ ਕਹਿੰਦੀ ਵੀ ਗੱਲ ਸੁਣ ਪ੍ਰਧਾਨ ਵੀ ਤੇਰੀ ਦੁਕਾਨ 'ਤੇ ਜਿਹੜਾ ਤੋਤਾ ਹੈ ਗਾਲਾਂ ਕੱਢਦਾ ਤੇ ਇਹਨੂੰ ਹਟਾਲਾ ਜਿਨੇ ਕਾਲੂ ਗਾਲਾਂ ਕੱਢੀਆਂ ਤਾਂ ਅਸੀਂ ਤੇਰੀ ਦੁਕਾਨ ਬੰਦ ਕਰਾਵਾਂਗੇ ਕਹਿੰਦਾ ਠੀਕ ਆ ਜੀ ਹੁਣ ਦੂਜੇ ਦਿਨ ਸਵੇਰ ਹੋਈ ਉਹ ਬੰਦਾ ਬੜਾ ਚੌੜਾ ਹੋ ਕੇ ਚੱਲਿਆ ਵੀ ਲੈ ਜਾ ਜੇ ਗਾਲ ਕੱਢੀ ਤਾਂ ਇਹਦੀ ਫਿਰ ਉਹੀ ਗੱਲ ਆ ਵੀ ਦੁਕਾਨ ਬੰਦ ਹੋਊਗੀ ਤੇ ਉਹਨੇ ਵੀ ਕਿਹਾ ਸੀ ਤੋਤੇ ਨੂੰ ਵੀ ਸਮਝਾਤਾ ਵੀ ਤੋਤੇ ਜੇ ਗਾਲ ਕੱਢੀ ਨਾ ਆਪੋ ਮਾਰ ਕੇ ਖਾ ਜੂਗਾ ਤਾਂ ਤੈਨੂੰ ਇਹ ਹਸਾਬ ਲਾ ਲਈ ਤੈਨੂੰ ਮੈਂ ਛੱਡਦਾ ਨਹੀਂ ਜਿੰਦਾ ਕਹਿੰਦਾ ਠੀਕ ਆ ਜੀ ਜਿਵੇਂ ਉਹ ਬੰਦਾ ਚੌੜਾ ਹੋ ਕੇ ਦੁਕਾਨ ਮੋੜ ਦੀ ਲੰਘਿਆ ਤੋਤੇ ਨੇ ਮਗਰੋਂ ਆਵਾਜ਼ ਮਾਰੀ ਕਹਿੰਦਾ ਓਏ ਉਹਨੇ ਮੁੜ ਕੇ ਦੇਖਿਆ ਕਨਾਂ ਸਮਝਦਾ ਤੂੰ ਗਿਆ ਹੀ ਹੋਣਾ ਆ ਉਹ ਗੱਲ ਆ ਵੀ ਕੱਢੀ ਨਹੀਂ ਗਾਲ ਪਰ ਸਮਝਾ ਦਾ ਦਿੱਤਾ ਹੀ ਆ ਉਹੀ ਗੱਲ ਆ ਤੁਸੀਂ ਸਮਝਦਾ ਗਿਆ ਹੀ ਹੋਣੇ ਤੁਸੀਂ ਨਾ ਹੀ ਪੁੱਛੋ ਵੀ ਕੌਣ ਸੀਗਾ ਉਹ ਬੰਦਾ ਤੇ ਖੰਨਾ ਮਾਰਕੀਟ ਉਹ ਆ ਜਿਹੜੀ ਕਿ ਸਭ ਤੋਂ ਵੱਡੀ ਅਨਾਜ ਮਾਰਕੀਟ ਹੈ ਚਲਿਏ ਜੀ ਅੱਗੇ ਉਹ ਸਮਝਦਾ ਤੂੰ ਕਹਿੰਦਾ ਗਿਆ ਹੀ ਹੁਣ ਆ ਉਹ ਗੱਲ ਆ ਠੀਕ ਆ ਜੀ ਚਲੋ ਜੀ ਅੱਗੇ ਚੱਲਦੇ ਆਪਾਂ ਤੇ ਸਟੋਰੀ ਵਧੀਆ ਲੱਗੀ ਕਿਉਂ ਲਾਈਕ ਕਰ ਦਿਓ ਫਿਰ ਥੰਬਸ ਅਪ ਦਿਖਾ ਦਿਓ ਅਸੀਂ ਚਲੋ ਜੀ ਅਗਲਾ ਹਾਂ ਇਹਦਾ ਥੋੜਾ ਦਿਲ ਲਾਈ ਰੱਖਦਾ ਇਹਨ ਵਿੱਚ ਯਾਰ ਪੰਜਾਬ ਐਂਡ ਪੈਪਸੂ ਮਰਜਡ ਕਹਿੰਦੇ ਕਿਹੜੇ ਸਾਲ ਵਿੱਚ ਪੰਜਾਬ ਤੇ ਪੈਪਸੂ ਮਰਜ ਹੋਏ ਸੀਗੇ ਆਪਸ ਦੇ ਵਿੱਚ ਹਾਂਜੀ ਕਦੋਂ ਮਰਜ ਕੀਤੇ ਗਏ ਸੀਗੇ ਪੰਜਾਬ ਤੇ ਪੈਪਸੂ 1934 1955 1967 ਜਾਂ ਫਿਰ 2003 ਦੇ ਵਿੱਚ ਲਓ ਜੀ ਕਦੋਂ ਕੀਤੇ ਗਏ ਸੀਗੇ ਨਾਲੇ ਦੇਲਾ ਜੀ ਤੁਹਾਡਾ ਗੱਲਾਂ ਬਾਤਾਂ ਕਰਕੇ ਇਹਦਾ ਆਨਸਰ ਤੁਹਾਨੂੰ ਕਦੋਂ ਮਿਲਿਆ ਯਾਦ ਆਪਾਂ ਪਿੱਛੇ ਇੱਕ ਸਲਾਈਡ ਹੁਣੇ ਦਿਖਾਈ ਮੈਂ ਤੁਹਾਨੂੰ ਥੋੜਾ ਟਾਈਮ ਪਹਿਲਾਂ ਹੀ ਉਹ ਜਿਹੜੀ ਇੱਕ ਫੋਟੋ ਦਿਖਾਈ ਸੀਗੀ ਉਸ ਫੋਟੋ ਵਿੱਚ ਇਹਦਾ ਆਨਸਰ ਸੀਗਾ ਤੇ ਮੈਨੂੰ ਸੱਚੀ ਦੱਸਿਓ ਤੁਹਾਡੇ ਚੋਂ ਕਿਹੜੇ-ਕਿਹੜੇ ਬੱਚੇ ਨੇ ਉਹ ਫੋਟੋ ਵੀ ਯਾਦ ਆਈ ਸੀ ਕਿ ਜਦੋਂ ਆਨਸਰ ਕੀਤਾ ਹਾਲਾਂਕਿ ਮੈਨੂੰ ਪਤਾ ਤੁਹਾਨੂੰ ਆਨਸਰ ਦਾ ਪਤਾ ਹੋਊਗਾ ਬਹੁਤ سارے ਬੱਚਿਆਂ ਨੂੰ ਲੇਕਿਨ ਇਹ ਦੱਸੋ ਹੱਥ ਖੜਾ ਕਰਕੇ ਵੀ ਕਿਹਨੂੰ ਕਿਹਨੂੰ ਉਹ ਫੋਟੋ ਦੇਖ ਕੇ ਯਾਦ ਆਇਆ ਕਿ ਜਾਂ ਉਹ ਫੋਟੋ ਯਾਦ ਆ ਗਈ ਜਦੋਂ ਇਹ ਕੁਐਸਚਨ ਪੜ੍ਹਿਆ ਸੀਗਾ ਕਿਉਂਕਿ ਮੇਰੇ ਜਿਹੜੇ ਫੋਟੋ ਦਿਖਾਉਣ ਦਾ ਪਰਪ ਤੇ ਇਹਦੇ ਵਿੱਚ ਕਿੰਨੀਆਂ ਸਟੇਟਾਂ ਸੀਗੀਆਂ ਲੋ ਜੀ ਇਹ ਵੀ ਦੱਸੋ ਉਹਨੂੰ ਕਿੰਨੀਆਂ ਸਟੇਟਾਂ ਸੀਗੀਆਂ ਹਾਊ ਮੈਨੀ ਸਟੇਟਸ ਹਾਊ ਮੈਨੀ ਸਟੇਟਸ ਸਟੇਟਾਂ ਕਿੰਨੀਆਂ ਸੀਗੀਆਂ ਤੇ ਬਣਿਆ ਕਦੋਂ ਸੀਗਾ ਪੈਪਸੂ ਇਹ ਵੀ ਉਹਨੂੰ ਦੱਸ ਦਿਓ ਜੀ 1948 'ਚ ਬਣਿਆ ਸੀਗਾ ਵੈਰੀ ਗੁੱਡ ਕਦੋਂ ਬਣਿਆ ਸੀਗਾ 1948 ਸਟੇਟਾਂ ਕਿੰਨੀਆਂ ਸੀਗੀਆਂ ਹਾਂ ਪੁਰਾਣਾ ਨਾਮ ਮੈਂ ਦੋ ਨਹੀਂ ਦਿਖਾਏ ਹੋਏ ਨਾ ਲੋ ਜੀ ਵੈਰੀ ਗੁੱਡ 8 ਸਟੇਟਾਂ ਸੀਗੀਆਂ ਕਿੰਨੀਆਂ ਸੀਗੀਆਂ ਟੋਟਲ 8 ਸਟੇਟਾਂ ਸੀਗੀਆਂ ਇਹਦੇ ਵਿੱਚ ਕਿੰਨੀਆਂ ਸਟੇਟਾਂ ਸੀਗੀਆਂ 8 ਸਟੇਟਾਂ ਸੀਗੀਆਂ ਇਹਨਾਂ 8ਾਂ ਦੇ ਵਿੱਚੋਂ 6 ਸਟੇਟਾਂ ਉੱਤੇ ਸਿੱਖ ਰੂਲਰ ਰੂਲ ਕਰ ਰਹੇ ਸੀਗੇ ਸਿੱਖ ਰਾਜਿਆਂ ਦਾ ਰੂਲ ਸੀਗਾ 6 ਸਟੇਟਾਂ ਉੱਤੇ ਇੱਕ ਦੇ ਉੱਤੇ ਇੱਕ ਮੁਸਲਮਾਨ ਰੂਲਰ ਸੀਗਾ ਤੇ ਇੱਕ ਦੇ ਉੱਤੇ ਇੱਕ ਹਿੰਦੂ ਰੂਲਰ ਸੀਗਾ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਰਾਜੇ ਰੂਲ ਕਰ ਰਹੇ ਸੀਗੇ ਹੁਣ ਇਹਨਾਂ ਦੇ ਨਾਮ ਕੀ-ਕੀ ਸੀਗੇ ਆਪਾਂ ਅੱਗੇ ਦੇਖਾਂਗੇ ਕਿਸੇ ਹੋਰ ਕੁਐਸਚਨ ਦੇ ਵਿੱਚ ਬਟ ਇਹਨਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਚਲੋ ਜੀ ਅੱਗੇ ਲੋ ਜੀ ਅਗਲਾ ਕੁਐਸਚਨ ਤੁਹਾਡੇ ਲਈ ਵਟ ਇਜ਼ ਦਾ 올ਡ ਨੇਮ ਆਫ ਦਾ ਪੰਜਾਬ ਪੰਜਾਬ ਦਾ ਪੁਰਾਣਾ ਨਾਮ ਕੀ ਸੀ ਲੋ ਜੀ ਦੱਸੋ ਪੰਜਾਬ ਦਾ ਗੁੱਡ ਈਵਨਿੰਗ ਸਰ ਜੀ ਗੁੱਡ ਈਵਨਿੰਗ ਜੀ ਇੰਨੀ ਲੇਟ ਹੋ ਗਏ ਆਪਾਂ ਕੀ ਚੱਕਰ ਇੰਨੀ ਲੇਟ ਹੋ ਗਏ ਟਾਈਮ ਨਾਲ ਆਇਆ ਕਰੋ ਲੇਟ ਨਾ ਹੋਇਆ ਕਰੋ ਹੁਣ ਜਿਵੇਂ ਸਾਰੇ ਇੱਥੇ ਚੀਜ਼ਾਂ ਦੱਸਤੀਆਂ ਫਿਰ ਤੁਸੀਂ ਕਹਿੰਦੇ ਹੋ ਸਰ ਜੀ ਕੁਐਸਚਨ ਦਾ ਰਿਪੀਟ ਹੋ ਗਿਆ ਕੁਐਸਚਨ ਅਸਲ ਰਿਪੀਟ ਨਹੀਂ ਹੁੰਦੇ ਤੁਸੀਂ ਪੜਿਆ ਹੁੰਦਾ ਤੁਹਾਨੂੰ ਯਾਦ ਰਹਿ ਜਾਂਦਾ ਪੀਪਰ ਹੁਣ ਕਿਹੜਾ ਕਿਹੜਾ ਆ ਸਕਦਾ ਬੱਚੇ ਪੀਪਰ ਆ ਰਹੇ ਨੇ ਕਾਫੀ ਜ਼ਿਆਦਾ ਤਿਆਰੀ ਆਪਦੀ ਰੱਖੋ ਖਿੱਚ ਕੇ ਰੱਖੋ ਤਿਆਰੀ ਪੀਪਰ ਆ ਰਹੇ ਨੇ ਬੜੀ ਜਲਦੀ ਪੀਪਰ ਆ ਰਹੇ ਨੇ ਸप्त ਸਿੰਧੂ ਕੀ ਆ ਜੀ ਕਹਿੰਦੇ ਸਪਤ ਸप्त ਸਿੰਧੂ ਨਾਮ ਆ ਪੰਜਾਬ ਦਾ ਹਾਲਾਂਕਿ ਪੰਜਾਬ ਦੇ ਹੋਰ ਵੀ ਪੰਜ ਛੇ ਪ੍ਰਾਣਾਂ ਦੇ ਨਾਮ ਹੋਏ ਨੇ ਤੇ ਜੇ ਤੁਸੀਂ ਉਹ ਪੰਜ ਛੇ ਪ੍ਰਾਣਾਂ ਦੇ ਨਾਮ ਵੀ ਬਾੜਨੇ ਨੇ ਫਿਰ ਕਿੱਥੇ ਹੋਣਾ ਪੈਣਾ ਵਰਦਾਨ ਵੇਚ ਦੇ ਵਿੱਚ ਕਿੱਥੇ ਹੋਣਾ ਪੈਣਾ ਬਰਦਾਨ ਵੇਚ ਦੇ ਵਿੱਚ ਵਰਦਾਨ ਬੇਚ ਕੀਆ ਮਜਰੂਰ ਦੱਸੂਗਾ ਜੀ ਜਰੂਰ ਦੱਸੂਗਾ ਵਰਦਾਨ ਬੇਚ ਕੀਆ ਅਗਲਾ ਕੁਐਸਚਨ ਹੂ ਕੰਪੋਜ਼ਡ ਦਾ ਫੇਮਸ ਰੋਮਾਂਟਿਕ ਐਪਿਕ ਹੀਰ ਰਾਂਝਾ ਕਹਿੰਦੇ ਹੀਰ ਰਾਂਝਾ ਕਿਹਨੇ ਕੰਪੋਜ਼ ਕੀਤਾ ਸੀਗਾ ਸ਼ਾਬਾਸ਼ ਹੀਰ ਰਾਂਝਾ ਕਿਹਨੇ ਕੰਪੋਜ਼ ਕੀਤਾ ਸੀਗਾ ਪੰਜਾਬ ਪੁਲਿਸ ਦਾ ਬੈਚ ਹਾਂਜੀ ਪੰਜਾਬ ਪੁਲਿਸ ਦਾ ਬੈਚ ਆਪਾਂ ਲਾਂਚ ਕਰ ਰਹੇ ਹਾਂ 7 ਦਸੰਬਰ ਤੋਂ ਜਿਹੜੇ ਬੱਚੇ ਪੁੱਛ ਰਹੇ ਨਾ 7 ਦਸੰਬਰ ਤੋਂ ਪੰਜਾਬ ਪੁਲਿਸ ਦਾ ਬੈਚ ਵੀ ਆ ਰਿਹਾ ਹੈ ਇਹ ਵੀ ਆਪਦੀ ਤਿਆਰੀ ਅਸਲ ਹੋਂ ਤੋਂ ਹੀ ਲੋ ਜੀ ਆਨਸਰ ਕੀਆ ਵਾਰਿਸ ਸ਼ਾ ਵਾਰਿਸ ਸ਼ਾ ਹੈਗਾ ਕਿਹੜਾ ਆਨਸਰ ਆ ਵਾਰਿਸ ਆ ਲੋ ਜੀ ਦੇਖੋ ਇਹ ਹੈਗਾ ਆਪਣੇ ਕੋਲੇ ਕੀ ਹੈ ਇੱਕ ਵਾਰ ਮੈਂ ਦੱਸਦਾ ਵਰਦਾਨ ਬੈਚ ਕੀ ਹੈ ਇੱਕ ਵਾਰ ਗੱਲ ਧਿਆਨ ਨਾਲ ਸੁਣ ਕੇ ਜਾਓ ਹੁਣ ਜਿਹੜੇ ਪੇਪਰ ਆਉਣ ਵਾਲੇ ਨੇ ਕਾਫੀ ਸਾਰੇ ਪੇਪਰ ਆਉਣ ਵਾਲੇ ਇੱਕ ਬੱਚੇ ਪੰਜਾਬ ਪੁਲਿਸ ਦਾ ਪੁੱਛ ਰਹੇ ਨੇ ਬੱਚੇ ਪੰਜਾਬ ਪੁਲਿਸ ਦੀਆਂ 6200 ਪੋਸਟਾਂ ਨੇ ਜਿਹੜੀਆਂ ਕਿ 7 ਦਸੰਬਰ ਤੋਂ ਆਪਣਾ ਫਾਊਂਡੇਸ਼ਨ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਇਹਦੇ ਨਾਲ ਨਾਲ ਆਪਣੇ ਕੋਲੇ ਐਕਸਾਈਜ਼ ਇਨਸਪੈਕਟਰ ਦਾ ਬੈਚ ਵੀ ਪਹਿਲਾਂ ਅੱਜ ਸ਼ੁਰੂ ਕਰਨਾ ਸੀਗਾ ਲੇਕਿਨ ਉਸ ਪੋਸਟਪੋਨ ਕੀਤਾ ਗਿਆ 7 ਦਸੰਬਰ ਤੋਂ ਵੀ ਕੀਤਾ ਗਿਆ ਆ ਵੀਡੀਓ ਦੀ ਗੱਲ ਕਰ ਲਈ ਐਕਸਾਈਜ਼ ਇਨਸਪੈਕਟਰ ਹੋ ਗਿਆ ਆਪਣੇ ਕੋਲੇ ਕਲਰਕ ਹੋ ਗਿਆ ਆ ਇਹਦੇ ਨਾਲ ਨਾਲ ਨਹਿਰ ਤਹਿਸੀਲਦਾਰੀਆਂ ਪੋਸਟ ਆਉਣ ਵਾਲੀਆਂ ਨੇ ਪੰਜਾਬ ਪੁਲਿਸ ਦਾ ਬੈਚ ਤਾਂ ਜਲੋ ਸਟਾਰਟ ਹੋ ਹੀ ਰਿਹਾ ਆ ਆਪਣੇ ਕੋਲ ਪਟਵਾਰੀ ਵੀ ਹੈਗਾ ਆ ਤੇ ਨਾਲ ਦੀ ਨਾਲ ਹੀ ਆਪਾਂ ਵਰਦਾਨ ਵੈਚ ਵੀ ਲਾਂਚ ਕੀਤਾ ਜਿਹਦੇ ਆਹ ਵਾਲੇ ਟਾਪਿਕ ਜਿਹੜੇ ਮੈਂ ਕਵਰ ਕਰਾ ਰਹੇ ਆ ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਐਨਰੋਲ ਕਰਨ ਨਾਲੋਂ ਵਧੀਆ ਕਿ ਆਪਾਂ ਮਹਾ ਪੈਕ ਤੇ ਐਨਰੋਲ ਕਰ ਲਈਏ ਖਾਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਜੀ ਕੇ ਵੀ ਕਾ ਫਿਰ ਤਾਂ ਤੁਹਾਡੇ ਕੋਲੇ ਆਪਣੇ ਕੋਲੇ ਵਰਦਾਨ ਵੈਚ ਵਧੀਆ ਬਟ ਜੇ ਲੱਗਦਾ ਕਿ ਨਹੀਂ ਆਪਣੇ ਕੋਲੇ ਪੰਜਾਬ ਪੁਲਿਸ ਦੀ ਵੀ ਤਿਆਰੀ ਕਰਨੀ ਆ ਐਕਸਰਸਾਈਜ਼ ਦੀ ਵੀ ਤਿਆਰੀ ਕਰਨੀ ਆ ਪਟਵਾਰੀ ਦੀ ਵੀ ਤਿਆਰੀ ਕਰਨੀ ਆ ਤਾਂ ਤੁਹਾਡੇ ਲਈ ਅੱਜ ਬਹੁਤ ਵਧੀਆ ਮੌਕਾ ਕਿਉਂਕਿ ਮਹਾ ਪੈਕ ਉੱਤੇ ਡਬਲ ਵੈਲਿਡਿਟੀ ਚੱਲ ਰਹੀ ਹੈ ਡਬਲ ਵੈਲਿਡਿਟੀ ਤੇ ਤੁਸੀਂ ਆਪ ਸਿਆਣ ਹੋ ਜੇ ਮਿਹਨਤ ਕਰਕੇ ਇੱਕ ਸਾਲ ਵੀ ਪੜ ਲਿਆ ਜਿਵੇਂ ਜਿਵੇਂ ਅਸੀਂ ਦੱਸਦੇ ਜਾਵਾਂਗੇ ਤੁਹਾਨੂੰ ਗਾਈਡ ਕਰਦੇ ਜਾਵਾਂਗੇ ਪੇਡ ਕਲਾਸਾਂ ਵਿੱਚ ਕਿਉਂਕਿ ਪੇਡ ਕਲਾਸਾਂ ਕ ਲਈ ਪੜਾਉਣੀ ਨਹੀਂ ਹੁੰਦਾ ਉੱਥੇ ਤੁਹਾਨੂੰ ਗਾਈਡੈਂਸ ਬਹੁਤ ਦਿੱਤੀ ਜਾਂਦੀ ਹੈ ਵੀ ਇਦਾਂ ਪੜ ਲਓ ਨਾਲ ਨਾਲ ਨਵੀਂ ਨਵੀਂ ਚੀਜ਼ਾਂ ਦੱਸਦੇ ਆ ਬਹੁਤ ਕੁਝ ਹੋਰ ਸਿੱਖਣ ਨੂੰ ਮਿਲਦਾ ਜੇ ਕੋਈ ਬੱਚਾ ਪੇਡ ਵਾਲਾ ਬੈਠਾ ਹੋਊਗਾ ਉਹਨੂੰ ਪਤਾ ਹੀ ਹੋਊਗਾ ਤੇ ਉਹਨਾਂ ਦੇ ਲਈ ਪੀੜ ਬੈਚ ਦੇ ਲਈ ਆਪਣੇ ਕੋਲੇ ਮਹਾ ਪੈਕ ਆ ਮਤਲਬ ਸਾਰੀਆਂ ਕਲਾਸਾਂ ਸਾਰੇ ਬੈਚ ਜਿਹੜੇ ਨੇ ਉਹ ਮਹਾ ਪੈਕਸ ਹੁੰਦੇ ਨੇ ਤੇ ਅੱਜ ਆਫਰ ਹੈ ਕਿ ਡਬਲ ਵੈਲਿਡਿਟੀ ਚੱਲ ਰਹੀ ਹੈ ਕੱਲ ਵੀ ਸੀਗੀ ਅੱਜ ਵੀ ਹੈਗੀ ਆ ਤਾਂ ਕਿ ਬੱਚੇ ਈਜ਼ੀਲੀ ਇਹਨੂੰ ਐਨਰੋਲ ਕਰ ਸਕਣ ਕਿਉਂਕਿ ਸਾਨੂੰ ਪਤਾ ਜਿਹੜਾ ਸਾਡਾ ਟਾਰਗੇਟ ਆ ਬੱਚਾ ਕਿਹੜਾ ਆ ਜਿਹੜੇ ਬੱਚਾ ਕੋਲੇ ਫਾਈਨੈਂਸ਼ੀਅਲ ਵੀਕਨੈਸ ਹੈ ਜਿਹੜੇ ਆਲਰੇਡੀ ਪੈਸੇ ਵਾਲੇ ਉਹਨਾਂ ਦਾ 10-20000 ਦੇ ਕੇ ਆਫਲਾਈਨ ਪੜ ਲੈਣਾ ਲੇਕਿਨ ਜਿਹੜੇ ਬੱਚਾ ਨੂੰ ਪੈਸੇ ਦੀ ਤੰਗੀ ਹੈਗੀ ਆ ਉਹਨਾਂ ਦੇ ਲਈ ਇਹ ਬਹੁਤ ਹੀ ਨੋਮੀਨਲ ਜਿਹਾ ਪ੍ਰਾਈਸ ਆ 3299 ਰੁਪਏ ਬਾਕ ਐਪ ਤੇ ਚਲੇ ਗਏ ਅੱਡਾ ਦੀ ਐਪ ਤੇ ਅੱਡਾ 247 ਦੀ ਐਪ ਤੇ ਜਾਂਦੇ ਹੋ ਤਾਂ ਇਹ ਵਾਲਾ ਤੁਹਾਨੂੰ ਸਿਰਫ ਤੇ ਸਿਰਫ 3080 ਰੁਪਏ ਦਾ ਮਿਲੇਗਾ ਬਟ ਕੋਡ ਯਾਦ ਰੱਖਿਓ ਕਿਹੜਾ Y565 ਜਿਵੇਂ ਇਹ ਕੋਡ ਲਾਉਂਗੇ ਤਾਂ ਹੀ ਫਾਇਦਾ ਮਿਲੇਗਾ ਕਿਉਂਕਿ ਫਿਰ ਇਹਨੂੰ ਪਤਾ ਲੱਗਣਾ ਕਿ ਤੁਸੀਂ ਫਤਿਹਸਰ ਨਾਲ ਅਟੈਚ ਹੋਈਆਂ ਮੇਰੇ ਕੋਲ ਡਾਟਾ ਆ ਜਾਂਦਾ ਕਿ ਹਾਂਜੀ ਇਹ ਤੁਹਾਡੇ ਬੱਚੇ ਨੇ ਤੁਹਾਡਾ ਕੋਡ ਲਾਇਆ ਤੇ ਫਿਰ ਤੁਹਾਨੂੰ ਕਹਿਣਗੇ ਜੀ ਤੁਸੀਂ ਫਤਿਹਸਰ ਨਾਲ ਗੱਲ ਨਹੀਂ ਕਰ ਸਕਦੇ ਪੇਡ ਕਲਾਸ ਵਿੱਚ ਗੱਲ ਹੀ ਤੁਸੀਂ ਮੈਨਾਂ ਕਰ ਸਕਦੇ ਸੋਸ਼ਲ ਵਾਲੀ ਗੱਲ ਨਾ ਜੇ ਤੁਸੀਂ ਪੇਡ ਲੈ ਲਿਆ ਪੜਾਉਣਾ ਤਾਂ ਮੈਂ ਹੀ ਆਂ ਤੁਸੀਂ ਮੈਨਾਂ ਜਿੰਨਾ ਮਰਜ਼ੀ ਉਥੇ ਮੈਸੇਜ ਕਰੋ ਗੱਲਾਂ ਕਰੋ ਮੈਂ ਤੁਹਾਡੇ ਰਿਪਲਾਈ ਕਰੂੰਗਾ ਤੁਹਾਡੀਆਂ ਸਮੱਸਿਆਵਾਂ ਮੈਂ ਸੁਣੂੰਗਾ ਟੀਚਰ ਨੇ ਜਿਹੜੀ ਪ੍ਰੋਬਲਮ ਦਾ ਸੋਲੂਸ਼ਨ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਸਮਝ ਗਏ ਜਿਹੜਾ ਸੋਲੂਸ਼ਨ ਟੀਚਰ ਨੇ ਕਰਨਾ ਉਹ ਕਿਸੇ ਨੇ ਵੀ ਨਹੀਂ ਕਰਨਾ ਓਕੇ ਜੀ ਤੇ ਇਹਨੂੰ ਐਨਰੋਲ ਕਿਵੇਂ ਕਰ ਸਕਦੇ ਆਪਾਂ ਲਓ ਜੀ ਇਹਨੂੰ ਐਨਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਆ Google ਤੇ ਜਾ ਕੇ ਸਰਚ ਕਰੋ adda247 ਕੀ ਸਰਚ ਕਰੋ adda247 a d d a 247 ਜਿਵੇਂ ਸਰਚ ਕੀਤਾ ਹੁਣ ਫੋਨ ਦੇ ਵਿੱਚ ਦੋ ਆਪਸ਼ਨ ਆਉਂਦੀਆਂ ਨੇ ਇੱਕ ਤਾਂ ਤੁਸੀਂ ਐਡ ਕਰ ਸਕਦੇ ਹੋ ਇੱਕ ਤਾਂ ਐਡ ਕਰ ਸਕਦੇ ਹੋ ਐਪ ਐਪ ਇੰਸਟਾਲ ਕਰ ਲਓ ਸਭ ਤੋਂ ਵਧੀਆ ਜਦੋਂ ਐਪ ਇੰਸਟਾਲ ਕਰ ਲਈ ਫਿਰ ਐਪ ਨੂੰ ਓਪਨ ਕਰੋ ਉੱਥੇ ਕ੍ਰੈਡਿਜੀ ਹੁੰਦੀ ਸਾਈਡ ਤੇ ਉਹਨੂੰ ਓਕੇ ਕਰੋ ਸਟੋਰ ਨੂੰ ਕਹਿੰਦੇ ਆ ਜੇ ਐਪ ਤੇ ਉਹ ਵੈਬਸਾਈਟ ਦੇ ਤੋਂ ਪਹਿਲਾ ਲਿੰਕ ਓਪਨ ਕਰੋ ਹੁਣ ਇੱਥੇ ਸਰਚ ਕਰਨਾ ਆਪਾਂ ਠੀਕ ਹੈ ਜੀ ਇੱਥੇ ਕੀ ਸਰਚ ਕਰਨਾ ਆ ਪੀ ਟ੍ਰਿਪਲ ਐਸ ਬੀ ਕੀ ਸਰਚ ਕਰਨਾ ਜੀ ਕਹਿੰਦੇ ਪੀ ਟ੍ਰਿਪਲ ਐਸ ਬੀ ਕਾਫੀ ਸਾਰੇ ਬੈਚ ਚੱਲ ਰਹੇ ਨੇ ਇਹਨਾਂ ਵਿੱਚ ਮਹਾਪੈਕ ਵੀ ਸ਼ੋ ਹੋਊਗਾ ਜੇ ਨਾ ਹੋਇਆ ਫਿਰ ਆਪਾਂ ਮਹਾਪੈਕ ਸਰਚ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਦੇਖੋ ਵਰਦਾਨ ਵਿੱਚ ਆ ਸ਼ੋ ਹੋ ਰਿਹਾ ਜੀ ਵਰਦਾਨ ਵਿੱਚ ਇਹ ਹੋ ਗਿਆ ਆਪਣੇ ਕੋਲੇ ਤੇ ਆ ਰਹੀ ਆਪਣੇ ਕੋਲੇ ਬਾਕੀ ਸਾਰੇ ਬੈਚ ਤੇ ਮਹਾਪੈਕ ਆ ਰਿਹਾ ਆਪਣੇ ਕੋਲ ਦੇਖੋ ਜੇ ਪੀ ਟ੍ਰਿਪਲ ਐਸ ਵੀ ਸਰਚ ਕਰਨ ਤੇ ਨਾ ਮਹਾਪੈਕ ਆਵੇ ਫਿਰ ਸਰਚ ਕੀ ਕਰਨਾ ਪੰਜਾਬ ਕਾ ਮਹਾਪੈਕ ਕਿਵੇਂ انرੋਲ ਕਰ ਸਕਦੇ ਆ ਆ ਲਓ ਜੀ ਓਕੇ ਕੀਤਾ ਓਕੇ ਕਰਨ ਤੋਂ ਬਾਅਦ ਆਪਾਂ ਗਏ ਆ ਬਾਈ ਨਾਉ ਤੇ ਬਾਈ ਨਾਉ ਤੇ ਜਾਣ ਤੋਂ ਬਾਅਦ ਕੋਡ ਅਪਲਾਈ ਕਰਨਾ ਕਿਉਂਕਿ ਇੱਥੇ ਪ੍ਰਾਈਸ ਬਹੁਤ ਜ਼ਿਆਦਾ ਆ ਤੇ ਮਹਾ ਮੈਂ ਉਹਦੇ ਬਾਰੇ ਦੱਸਦਾ ਮਰਦਾਨ ਬੈਚ ਬਾਰੇ ਵੀ Y565 ਜਿਵੇਂ ਐਂਟਰ ਕੀਤਾ ਲਓ ਜੀ ਕਿੰਨੇ ਦਾ ਰਹਿ ਗਿਆ 3219 ਰੁਪਏ ਦਾ ਹੁਣ ਮੌਕਾ ਹੈਗਾ ਤਿਆਰੀ ਕਰਨ ਦਾ ਬਹੁਤ ਵਧੀਆ ਆਪਸ਼ਨ ਆ ਤੁਸੀਂ ਇਹਨੂੰ ਹੋਰ ਕੱਟ ਕਰ ਲਓ 3080 ਰੁਪਏ ਦੇਣੇ ਆ ਸਿਰਫ ਤੇ ਸਿਰਫ ਤੇ ਲਓ 2 ਸਾਲ ਦੇ ਲਈ ਮਿਲ ਰਿਹਾ ਨਾਰਮਲ ਦੇ ਨਾਲ ਇੱਕ ਸਾਲ ਹੁੰਦਾ ਹੁਣ 2 ਸਾਲ ਦੇ ਲਈ ਆ ਜੇ ਤੁਹਾਨੂੰ ਲੱਗਦਾ ਕਿ ਹਾਂਜੀ ਠੀਕ ਆ ਜੀ ਹਾਂਜੀ ਲੱਗਦਾ ਕਿ ਸਾਡੇ ਪੈਰੈਂਟਸ ਦੀ ਬੜੀ ਕੀਮਤੀ ਕਮਾਈ ਆ ਅਸੀਂ ਕਿਉਂ ਵੇਸਟ ਕਰਨੀ ਆ ਤਾਂ ਸਭ ਤੋਂ ਵਧੀਆ ਕੀ ਆ ਮਹਾਪੈਕ ਤੇ 2 ਸਾਲ ਵਾਲਾ ਡਬਲ ਵੈਲਿਡਿਟੀ ਵਾਲਾ ਰੋਲਮੈਂਟ ਕਰੋ ਤੇ ਨਾਲ ਦੀ ਨਾਲ ਹੀ Y565 ਕੋਡ ਵੀ ਲਗਾ ਦਿਓ ਤਾਂ ਕਿ ਤੁਹਾਨੂੰ ਇਨਵੈਸਟਮੈਂਟ ਜਿਹੜੇ ਘੱਟ ਪੈਸੇ ਇਨਵੈਸਟ ਕਰਨੇ ਪੈਣ ਜਦੋਂ ਕੋਡ ਲਾਉਂਗੇ ਕੁਆਇਨਸ ਮਿਲਣਗੇ ਐਪ ਤੇ ਤੇ ਉਹਨਾਂ ਕੁਆਇਨਸ ਨੂੰ ਅਪਲਾਈ ਕਰਕੇ ਤੁਸੀਂ ਪ੍ਰਾਈਜ਼ 3200 ਦੀ ਤੋਂ 3080 ਤੱਕ ਲੈ ਕੇ ਆ ਸਕਦੇ ਹੋ ਇਹਦੇ ਨਾਲ ਹੀ ਵਰਦਾਨ ਵਿੱਚ ਦੇਖ ਲਓ ਜੀ ਵਰਦਾਨ ਵਿੱਚ ਉਹ ਆ ਜਿਹਦੇ ਵਿੱਚ ਤੁਹਾਨੂੰ ਪੰਜਾਬ ਜੀਕੇ ਕਰਾਈ ਜਾਊਗੀ ਇਕੱਲੇ ਕੁੱਝ ਬਾਕੀ ਕੁਝ ਨਹੀਂ ਹੋਊਗਾ ਇਕੱਲੀ ਪੰਜਾਬ ਜੀ ਕਹੂਗੀ ਵਰਦਾਨ ਵਿੱਚ ਆ ਰਿਹਾ ਇਹਦੀ ਜੇ ਕਰੰਟ ਅਫੇਅਰ ਲੱਗਦਾ ਤੇ ਸੂਰਮਾ ਬੈਚ ਇੱਥੇ ਓਕੇ ਕੀਤਾ ਵਰਦਾਨ ਬੈਚ ਤੇ ਤੇ ਇਹਦੀ ਸਾਰੀ ਡਿਟੇਲ ਇੱਥੇ ਲਿਖੀ ਗਈ ਆ ਇਹਨੂੰ ਦੇਖ ਸਕਦੇ ਹੋ ਤੇ ਇਹਨੂੰ ਐਨਰੋਲ ਕਰਨ ਦੇ ਲਈ ਕੀ ਕਰਨਾ ਪੈਣਾ ਆਪਾਂ ਨੂੰ ਬਾਏ ਨਾਉ ਤੇ ਆਪਾਂ ਇੱਥੇ ਕੋਡ ਅਪਲਾਈ ਕਰਨਾ ਕਿਹੜਾ Y565 ਕਿਉਂਕਿ ਤੁਹਾਡੇ ਫਤਿਹ ਸਰ ਦਾ ਬੈਚ ਆ ਤੇ Y55 ਐਂਟਰ ਕੀਤਾ ਲਓ ਜੀ ਕਿਉਂਕਿ ਆਪਣੇ ਕੋਲੇ 459 ਰੁਪਏ ਬਹੁਤ ਨੋਮੀਨਲ ਜਿਹਾ ਪ੍ਰਾਈਸ ਆ ਬਹੁਤ ਨੋਮੀਨਲ ਜਿਹਾ ਪ੍ਰਾਈਸ ਆ ਤੇ ਵੈਲਿਡਿਟੀ 12 ਮਹੀਨੇ ਦੀ ਇਟ ਮੀਨਸ 12 ਮਹੀਨਿਆਂ ਦੇ ਵਿੱਚ ਤੁਸੀਂ ਬੱਲੇ ਬੱਲੇ ਕਰਾ ਦੇਣੀਆਂ ਪੜ ਕੇ ਤੇ ਮੈਨੂੰ ਲੱਗਦਾ 12 ਮਹੀਨੇ ਪੰਜਾਬ ਜੀ ਕੇ ਤੁਹਾਡੀ ਇਹਨਾਂ ਨੂੰ ਵਧੀਆ ਪਾਣੀ ਵਰਗੀ ਸਮੂਥ ਹੋ ਜਾਊਗੀ ਓਕੇ ਜੀ ਲੋ ਤੇ ਇਹ ਰਿ ਆਪਣੇ ਕੋਲੇ ਵਰਦਾਨ ਵੀ ਦਿਖਾਤਾ ਵਰਦਾਨ ਸੱਚੀ ਤੁਹਾਡੇ ਲਈ ਵਰਦਾਨ ਹੋਊਗਾ ਇੱਕ ਵਾਰ ਜੁਆਇਨ ਕਰਕੇ ਦੇਖਿਓ ਪੜ ਕੇ ਦੇਖਿਓ ਪਤਾ ਲੱਗੂਗਾ ਕਿ ਕਿਵੇਂ ਆਪਾਂ ਪੰਜਾਬ ਜੀ ਕੇ ਇਹਨੂੰ ਇਹਨੂੰ ਖੋਲ ਕੇ ਪੀਜਾਂਗੇ ਬਟ ਹਾਂ ਇਹ ਆ ਉਸ ਵਾਰ ਐਮਸੀਕਿਊਜ਼ ਆਪਾਂ YouTube ਤੇ ਕਰਨੇ ਗਾਣੇ ਨੇ ਨਾਲ ਦੀ ਨਾਲ ਫਿਰ ਐਮਸੀਕਿਊਜ਼ ਵੀ ਇੱਥੇ ਮੈਂ ਕਰਾਉਂਗਾ ਆਪਾਂ ਪੂਰੇ ਟੌਪਿਕ ਕਰਾਵਾਂਗੇ ਉਹ ਪੂਰੇ ਟੌਪਿਕ ਕਿਹੜੇ-ਕਿਹੜੇ ਹੋਣਗੇ ਤੁਸੀਂ ਸਰਚ ਕਰ ਸਕਦੇ ਹੋ ਦੇਖ ਸਕਦੇ ਹੋ ਡਿਟੇਲ ਦੇ ਵਿੱਚ ਪੰਜਾਬ ਜੀ ਕੇ ਪ੍ਰੋਪਰ ਸਟਰਕਚਰ ਵਿੱਚ ਕਰਾਈ ਜਾਊਗੀ ਜਿਹੜਾ 4 ਨੰਬਰ ਪੇਪਰ ਸੀਗਾ ਬੱਚੇ ਉਹ ਹੋ ਚੁੱਕਾ ਪੋਸਟਪੋਨ ਉਹ ਹੁਣ ਅਗਲੇ ਮਹੀਨੇ ਜਾਣੀ ਅਗਲੇ ਮਹੀਨਾ ਮਤਲਬ ਫਰਵਰੀ ਫੂਰ ਵਿੱਚ ਹੋਊਗਾ ਹਜੇ ਨਹੀਂ ਹੁੰਦਾ ਓਕੇ ਜੀ ਚਲੋ ਠੀਕ ਆ ਕੱਲ ਮਿਲਦੇ ਆ ਸੇਮ ਟਾਈਮ ਤੇ ਜਿਉਂਦੇ ਵਾਸਤੇ ਰੋ ਰੱਬ ਖੈਰ ਕਰੇ